ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਾਰਿਆਂ ਦਾ। ਇਸ ਠੰਡ ਦੇ ਵਿੱਚ ਆਰਾਮ ਨਾਲ ਬੈਠੇ ਹੋ ਸਾਰੇ। ਇਸ ਘੰਟੇ ਨੂੰ ਯੂਨੋ ਅਸੀਂ ਇੱਕ ਤਰ੍ਹਾਂ ਨਾਲ ਡੈਡੀਕੇਟ ਕੀਤਾ ਹੋਇਆ ਕਿ ਕਿਸੇ ਦੀ ਗੱਲ ਸੁਣਾਂਗੇ, ਵਿਚਾਰ ਕਰਾਂਗੇ, ਔਰ ਉਹਦੇ ਅਰਾਊਂਡ ਬੜੀ ਵਾਰੀ ਇੱਕ ਜਨਰਲ ਡਿਸਕਸ਼ਨ ਵੀ ਸ਼ੁਰੂ ਹੋ ਜਾਂਦੀ ਹੈ ਕਿ ਆਫਟਰ ਆਲ ਇਹ ਸਵਾਲ ਆਇਆ ਕਿਉਂ। ਸੋ ਅੱਜ ਵੀ ਕੁਛ ਇਸ ਤਰ੍ਹਾਂ ਦਾ ਕੁਐਸਚਨ ਹੈ, ਬਿਨਾਂ ਕਿਸੇ ਡਿਲੇ ਦੇ ਮੈਂ ਤੁਹਾਨੂੰ ਸ਼ੇਅਰ ਕਰਦਾ। ਐਂਡ ਆਈ ਆਲਵੇਜ਼ ਟੈਲ ਯੂ ਕਿ ਜਦੋਂ ਯੰਗਸਟਰ ਸਾਨੂੰ ਲਿਖਦੇ ਨੇ ਸਾਨੂੰ ਅੱਛਾ ਬਹੁਤ ਲੱਗਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਕਿ ਇੱਕ ਡਿਫਰੈਂਟ ਜਨਰੇਸ਼ਨ ਦੇ ਹਾਂ। ਮਿਡਲ ਆਫ ਦ ਡੇ ਹੈ ਜਿਹਦੇ 'ਚ ਤਕਰੀਬਨ ਅਸੀਂ ਵੱਡੇ ਇਕੱਠੇ ਹੋ ਕੇ ਬੈਠਦੇ ਹਾਂ, ਪਰ ਜਦੋਂ ਯੰਗਸਟਰਸ ਲਿਖਦੇ ਨੇ ਨਾਲ ਜੁੜਦੇ ਨੇ ਬਹੁਤ ਅੱਛਾ ਲੱਗਦਾ, ਬਿਕੋਜ਼ ਦੈਟਸ ਨੋਟ ਓਨਲੀ ਕਿ ਅਸੀਂ ਇੱਕ ਦੂਜੀ ਜਨਰੇਸ਼ਨ ਦੇ ਤੱਕ ਪਹੁੰਚ ਪਾ ਰਹੇ ਹਾਂ, ਉਹਨਾਂ ਦੀ ਸੁਣ ਪਾ ਰਹੇ ਹਾਂ, ਔਰ ਇੱਕ ਬ੍ਰਿਜਿੰਗ ਬਿਟਵੀਨ ਦ ਜਨਰੇਸ਼ਨਸ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ ਫੋਰ ਐਨੀਥਿੰਗ ਯੂਨੋ, ਕਿ ਕਿਸ ਤਰ੍ਹਾਂ ਅਸੀਂ ਇੱਕ ਅੱਗੇ ਚੀਜ਼ ਚਲਾਉਣੀ ਹੈ, ਕਿਸ ਤਰ੍ਹਾਂ ਅਸੀਂ ਐਜ਼ ਪੇਰੈਂਟਸ ਐਜ਼ ਡਿਫਰੈਂਟ ਓਲਡਰ ਜਨਰੇਸ਼ਨ ਵੀ ਵਾਂਟ ਕਿ ਸਾਡੀ ਜਿਹੜੀਆਂ ਰੂਟਸ ਹੈ ਸਟਰੋਂਗ ਰਹਿਣ, ਔਰ ਅੱਗੇ ਯੂਨੋ ਇੱਕ ਜਿਹੜੀ ਚਲਦੀ ਰਹੇ ਆਪਣਾ ਕਲਚਰ, ਰਿਲੀਜਨ, ਸੰਸਕਾਰ, ਜਿਹੜੇ ਕਿ ਐਥਿਕਸ ਔਰ ਵੈਲਿਊਜ਼ ਹੈਗੀਆਂ ਉਹ ਚਲਦੀਆਂ ਰਹਿਣ। ਪਰ ਕਲਚਰਲੀ ਐਕਸੈਪਟੈਂਸ ਜਿਹੜੀ ਯੰਗਰ ਜਨਰੇਸ਼ਨ ਦੀ ਹੈ, ਜਿਹੜਾ ਉਹਨਾਂ ਵਾਸਤੇ ਬਿਲਕੁਲ ਰਾਈਟ ਹੈ, ਉਹ ਸਾਡੇ ਵਾਸਤੇ ਵੀ ਰਾਈਟ ਕਿਵੇਂ ਹੋਏ, ਇਸ ਚੀਜ਼ ਦਾ ਜਿਹੜਾ ਬ੍ਰਿਜ ਹੋਣਾ ਉਹ ਬੜਾ ਜ਼ਰੂਰੀ ਹੈ। ਸੋ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਡਿਫਰੈਂਟ ਜਨਰੇਸ਼ਨਸ ਬੈਠ ਕੇ ਇਕੱਠੇ ਗੱਲ ਕਰਦੇ ਨੇ। ਸੋ ਅੱਜ ਮੈਂ ਹੋਪ ਕਰ ਰਹੀ ਹਾਂ, ਇੱਕ ਬੜੀ ਯੰਗ ਕੁੜੀ ਦੀ ਸਾਨੂੰ ਈਮੇਲ ਆਈ ਹੈ, ਉਹਦੇ ਨਾਲ ਗੱਲ ਵੀ ਹੋਈ ਹੈ, ਐਂਡ ਸ਼ੀ ਇਜ਼ ਵੈਰੀ ਵਰਿਡ, ਆਪਣਾ ਸ਼ੇਅਰ ਕਰ ਰਹੀ ਹੈ ਕਿ ਉਹਨਾਂ ਦੇ ਫਾਦਰ ਬਹੁਤ ਸਟ੍ਰਿਕਟ ਨੇ। ਕਹਿੰਦੇ ਕਿ ਸ਼ੁਰੂ ਤੋਂ ਬੜੇ ਸਟ੍ਰਿਕਟ ਸੀ, ਹਰ ਚੀਜ਼ ਕਰਦੇ ਨੇ, ਬਹੁਤ ਅੱਛੇ ਨੇ, ਕਦੀ ਕੋਈ ਇੰਜ ਨਹੀਂ ਹੈ ਕਿ ਯੂਨੋ ਅਗਰੈਸਿਵ ਨੇ ਜਾਂ ਕੁਛ ਹੈ, ਪਰ ਉਹਨਾਂ ਦਾ ਡਰ ਬੜਾ ਘਰ 'ਚ। ਸੋ ਆਪ ਸ਼ੇਅਰ ਕਰ ਰਹੀ ਹੈ ਕਿ ਜਦੋਂ ਵੱਡੀ ਹੋ ਗਈ, ਕਹਿੰਦੀ ਛੋਟੀ ਹੁੰਦੀ ਮੈਂ ਬਹੁਤ ਡਰਦੀ ਸੀ, ਕਿਉਂਕਿ ਮੈਨੂੰ ਇਹ ਦਿਖਦਾ ਸੀ ਕਿ ਮੇਰੀ ਮਦਰ ਬੜੀ ਡਰਦੀ ਹੈ, ਉਹ ਜਿਹੜੀ ਚੀਜ਼ ਕਰਦੀ ਸੀ ਨਾ ਉਹ ਫਾਦਰ ਤੋਂ ਪੁੱਛੇ ਬਿਨਾਂ ਕਰਦੀ ਸੀ, ਛੁਪਾ ਕੇ ਕਰਦੀ ਸੀ। ਕਈ ਵਾਰੀ ਕੋਈ ਚੀਜ਼ਾਂ ਲੈ ਕੇ ਆ ਜਾਣੀਆਂ ਤਾਂ ਛੁਪਾਉਣੀਆਂ, ਜੇ ਕੋਈ ਘਰ ਆ ਗਿਆ ਤਾਂ ਮਤਲਬ ਉਹਨਾਂ ਦੇ ਪੇਰੈਂਟਸ ਦੇ ਘਰੋਂ ਆ ਗਿਆ, ਲਾਈਕ ਪੇਕਿਓਂ ਜਾਂ ਕੋਈ ਰਿਸ਼ਤੇਦਾਰ ਹੈ ਕੁਛ ਹੈ। ਮੇਰੇ ਫਾਦਰ ਨੇ ਕਦੇ ਕਿਹਾ ਕੁਛ ਨਹੀਂ, ਪਰ ਪਤਾ ਨਹੀਂ ਮਦਰ ਨੂੰ ਜ਼ਿਆਦਾ ਪਤਾ ਹੋਣਾ ਕਿ ਉਹ ਕਈ ਵਾਰੀ ਕਹੇਗੀ ਕਿ ਵੀ ਨਹੀਂ ਕੁਛ ਦੱਸਣ ਦੀ ਲੋੜ ਹੀ ਨਹੀਂ, ਸਵੇਰ ਤੋਂ ਸ਼ਾਮ ਤੱਕ ਕੀ ਹੋਇਆ ਕੀ। ਸੋ ਮੈਨੂੰ ਲੱਗਦਾ ਸੀ ਕਿ ਬਹੁਤ ਇਸ ਤਰ੍ਹਾਂ ਦਾ, ਜਿਵੇਂ ਜਿਵੇਂ ਕਹਿੰਦੀ ਮੈਂ ਵੱਡੀ ਹੋਈ ਇਹ ਨਹੀਂ ਹੋਇਆ ਕਿ ਬਈ ਇੰਨੇ ਸਟ੍ਰਿਕਟ ਹੈ, ਮੇਰੀ ਗੱਲ ਸੁਣਦੇ ਨੇ, ਗੱਲ ਕਰਦੇ ਨੇ, ਪਰ ਓਵਰਆਲ ਡਰ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਨਹੀਂ ਹੈ, ਲੱਗਦਾ ਕਿ ਸੁਣਨਗੇ ਸ਼ਾਇਦ ਓਵਰਆਲ ਯੂਨੋ। ਪਰ ਮੇਰਾ ਜਿਹੜਾ ਪਹਿਲਾ ਇੰਪਰੈਸ਼ਨ ਹੈ ਬਚਪਨ ਦਾ ਉਹ ਨਹੀਂ ਮੈਂ ਹਟਾ ਸਕਦੀ, ਉਹ ਹੁਣ ਤੱਕ ਕੋਈ ਹੈ ਕਿ ਮੈਨੂੰ ਅੱਖਾਂ ਤੋਂ ਡਰ ਲੱਗਦਾ ਹੈ ਜਦੋਂ ਉਹ ਘਰ ਆ ਜਾਂਦੇ ਨੇ, ਅਤੇ ਮੈਨੂੰ ਲੱਗਦਾ ਕਿ ਬਸ ਹੁਣ ਸਿੱਧੇ ਸਾਧੇ ਹੋ ਕੇ ਬੈਠ ਜਾਓ, ਕੋਈ ਅਸੀਂ ਮਤਲਬ ਹਾਸੀ ਮਜ਼ਾਕ ਨਹੀਂ ਕਰਦੇ। ਜਦਕਿ ਮੇਰਾ ਬ੍ਰਦਰ ਔਰ ਮੇਰੀ ਸਿਸਟਰ ਮੇਰੇ ਤੋਂ ਛੋਟੇ ਨੇ, ਉਹ ਬੜਾ ਖੁੱਲ੍ਹ ਕੇ ਕਰਦੇ ਨੇ, ਉਹਨਾਂ ਨੂੰ ਸੇਮ ਨਹੀਂ ਲੱਗਦੇ ਮੇਰੇ ਫਾਦਰ, ਪਰ ਮੈਨੂੰ ਬਹੁਤ ਸਟ੍ਰਿਕਟ ਲੱਗਦੇ ਨੇ। ਹੁਣ ਜਿਹੜੇ ਦੱਸ ਰਹੇ ਨੇ ਕਿ ਕਹੇ ਕਿ ਮੇਰੀ ਇੱਕ ਬੜੀ ਦੇਰ ਤੋਂ ਮੇਰਾ ਇੱਕ ਫਰੈਂਡ ਸੀਗਾ, ਪਰ ਮੈਂ ਕਦੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਪਤਾ ਸੀ ਕਿ ਮੇਰੇ ਘਰ 'ਚ ਜਰਾ ਜਿਹਾ ਵੀ ਕੁਛ ਇਸ ਤਰ੍ਹਾਂ ਦਾ ਅਗਰ ਪਤਾ ਲੱਗ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਏਗੀ। ਪਰ ਓਵਰਆਲ ਇੰਝ ਹੋਇਆ ਕਿ 2 ਸਾਲ ਬਾਅਦ ਉਹਨੇ ਪ੍ਰਪੋਜ਼ ਕੀਤਾ। ਵੱਡੀ ਗੱਲ ਨੂੰ ਛੋਟੇ ਮਤਲਬ ਲੈਟ ਮੀ ਕੱਟ ਇਟ ਸ਼ੋਰਟ, ਬੜੀ ਡਿਟੇਲ 'ਚ ਉਹਨਾਂ ਨੇ ਗੱਲ ਦੱਸੀ, ਪਰ ਇਹ ਕਿ ਮਦਰ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ, ਮਦਰ ਨੇ ਸਾਰਾ ਪਤਾ ਕੀਤਾ ਔਰ ਉਹਨੂੰ ਠੀਕ ਲੱਗਿਆ ਮੁੰਡਾ। ਸਮ ਹਾਓ ਮਦਰ ਨੇ ਇਹਨਾਂ ਦੇ ਫਾਦਰ ਨੂੰ ਕੌਨਫੀਡੈਂਸ ਵਿੱਚ ਲੈ ਲਿਆ, ਅਤੇ ਇਹਨਾਂ ਨੇ ਆਪਸ ਵਿੱਚ ਪੇਰੈਂਟਸ ਨੇ ਗੱਲਾਂ ਕਰ ਲਈਆਂ, ਮੁੰਡੇ ਦੇ ਪੇਰੈਂਟਸ, ਕੁੜੀ ਦੇ ਪੇਰੈਂਟਸ, ਅਤੇ ਕੁੜੀ ਮੁੰਡੇ ਨੂੰ ਇੰਗੇਜਮੈਂਟ ਕਰਤੀ। ਕਹਿੰਦੇ ਨੇ ਕਿ ਮੁੰਡਾ ਵੀ ਹਾਲੇ ਸੈਟਲਡ ਨਹੀਂ ਹੈ, ਉਹ ਕਹਿ ਰਿਹਾ ਕਿ ਮੈਂ 2-3 ਸਾਲਾਂ ਬਾਅਦ ਵਿਆਹ ਕਰਾਉਣਾ, ਮੈਂ ਵੀ ਤਿਆਰ ਹਾਂ, ਮੈਂ ਵੀ ਪੜ੍ਹਾਈ ਮੈਂ ਕੀਤੀ ਹੋਈ ਹੈ, ਪਰ ਮੈਂ ਨਾਲ ਨਾਲ ਕਰ ਵੀ ਰਹੀ ਹਾਂ, ਮੈਂ ਜੋਬ ਵੀ ਕਰ ਰਹੀ ਹਾਂ, ਅਤੇ ਮੈਨੂੰ ਵੀ ਕੋਈ ਜਲਦੀ ਨਹੀਂ ਹੈ ਵਿਆਹ ਕਰਨ ਦੀ। ਪਰ ਪੇਰੈਂਟਸ ਵੀ ਕਹਿੰਦੇ ਕਿ ਠੀਕ ਹੈ ਹੁਣ ਇੰਗੇਜ ਕਰਤਾ ਹੈ, ਇੰਗੇਜਮੈਂਟ ਕਰਤੀ ਹੈ, ਪਰ 2 ਸਾਲ ਤੱਕ ਮਿਨੀਮਮ ਅਸੀਂ ਵਿਆਹ ਨਹੀਂ ਕਰਨਾ। ਕਹਿੰਦੀ ਪਰ ਉਹ ਥੋੜ੍ਹੇ ਦੇਰ ਹੁਣ ਸਾਨੂੰ 8 ਮਹੀਨੇ ਹੋ ਗਏ ਇੰਗੇਜਮੈਂਟ ਵਾਸਤੇ ਵੀ, ਕਿ ਮੈਨੂੰ ਇੰਨੀ ਪਰੇਸ਼ਾਨੀ ਹੋ ਰਹੀ ਹੈ ਕਿ ਮੁੰਡਾ ਹੁਣ ਇਹ ਨਹੀਂ ਸਮਝ ਰਿਹਾ
ਕਿ ਇੰਗੇਜ ਹੋਣ ਦੇ ਬਾਵਜੂਦ ਅਸੀਂ ਮਿਲ ਕਿਉਂ ਨਹੀਂ ਸਕਦੇ, ਅਸੀਂ ਕਿੰਨਾ ਔਫਨ ਅਸੀਂ ਇੱਕੋ ਸ਼ਹਿਰ 'ਚ ਹੈਗੇ ਹਾਂ, ਮਿਲਦੇ ਕਿਉਂ ਨਹੀਂ ਅਸੀਂ, ਅਸੀਂ ਜ਼ਿਆਦਾ ਮਿਲੀਏ, ਯੂ ਨੋ ਇਕੱਠੇ ਕਿਤੇ ਜਾਈਏ, ਫਰੈਂਡਸ ਨੂੰ ਪਤਾ ਹੈ ਫਰੈਂਡਸ ਦੇ ਕੋਲ ਜਾਈਏ, ਅਤੇ ਪ੍ਰੋਬਲਮ ਕੀ ਹੈ? ਐਂਡ ਪਿਓ ਜਿਹੜਾ ਉਹ ਕਹਿ ਰਿਹਾ ਕਿ ਬਿਲਕੁਲ ਮਿਲਣਾ ਬਿਲਕੁਲ ਨਹੀਂ ਹੈ। ਸੋ ਕਹਿ ਰਹੀ ਮੈਨੂੰ, ਮੈਂ ਦੋ ਉਹਦੇ 'ਚ ਵੰਡੀ ਹੋਈ ਹਾਂ, ਦੋਨਾਂ ਤੋਂ ਮੈਨੂੰ ਡਰ ਲੱਗਦਾ ਹੈ, ਕਿਉਂਕਿ ਅਗਰ ਨਹੀਂ ਮਿਲਦੀ ਫਿਰ ਮੈਂ ਚੋਰੀ ਮਿਲਦੀ ਹਾਂ ਪੇਰੈਂਟਸ ਤੋਂ, ਜੇ ਮਿਲਦੀ ਹਾਂ ਤਾਂ ਮੈਂ ਬਹੁਤ ਅਪਸੈਟ ਹੁੰਦੀ ਹਾਂ, ਗਿਲਟੀ ਫੀਲ ਕਰਦੀ ਹਾਂ, ਐਂਸ਼ੀਅਸ ਰਹਿੰਦੀ ਹਾਂ ਹਰ ਵੇਲੇ ਕਿ ਪਤਾ ਲੱਗਿਆ ਤਾਂ ਮੇਰਾ ਕੀ ਹੋਏਗਾ, ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਔਰ ਰਾਤ ਨੂੰ ਬੜੇ ਨਾਈਟਮੇਅਰਸ ਆਉਣੇ ਸ਼ੁਰੂ ਹੋ ਗਏ ਹੈ। ਸੋ ਹੈਲਥ 'ਤੇ ਕਾਫੀ ਇੰਝ ਲੱਗਦਾ ਹੈ, ਜਿਸ ਤਰ੍ਹਾਂ ਜੋ ਡਿਟੇਲਸ ਉਹ ਦੱਸ ਰਹੇ ਸੀ ਉਹਦੇ 'ਤੇ ਫਰਕ ਪੈ ਰਿਹਾ ਉਹਨਾਂ ਨੂੰ, ਔਰ ਕਿ ਜੇ ਮੈਂ ਨਹੀਂ ਮਿਲਦੀ ਔਰ ਉਹਨੂੰ ਕਹਿੰਦੀ ਹਾਂ ਕਿ ਨਹੀਂ ਮੈਂ ਮਿਲ ਨਹੀਂ ਸਕਦੀ ਬਿਕੋਜ਼ ਮੇਰੇ ਫਾਦਰ ਨੂੰ ਠੀਕ ਨਹੀਂ ਲੱਗਦਾ, ਅਤੇ ਉਹ ਨਹੀਂ ਸਮਝਦਾ, ਉਹ ਕਹਿੰਦਾ ਕਿ ਇਹ ਕੋਈ ਗੱਲ ਹੋਈ, ਇਹ ਕਿਸ ਤਰ੍ਹਾਂ ਦਾ ਰਿਸ਼ਤਾ ਹੋਇਆ, ਇਹ ਕਿਹੜੇ ਜ਼ਮਾਨੇ ਦੀ ਗੱਲਾਂ ਕਰ ਰਹੇ ਹੋ ਤੁਸੀਂ, ਹੁਣ ਤਾਂ ਇੰਗੇਜਮੈਂਟ ਹੋ ਗਈ ਹੈ, ਸਭ ਕੁਝ ਹੋ ਗਿਆ, ਸੇਮ ਸ਼ਹਿਰ 'ਚ ਮਿਲਾਂਗੇ ਤਾਂ ਜ਼ਰੂਰ। ਸੋ ਉਹ ਗੁੱਸੇ ਹੋ ਜਾਂਦਾ ਔਰ ਮੈਨੂੰ ਉਹਦੇ ਗੁੱਸੇ ਤੋਂ ਡਰ ਲੱਗਦਾ, ਅਤੇ ਮੈਂ ਉਹਨੂੰ ਮਿਲਦੀ ਹਾਂ, ਜੇ ਉਹਨੂੰ ਮਿਲਦੀ ਹਾਂ ਤਾਂ ਮੈਨੂੰ ਫਾਦਰ ਦੇ ਗੁੱਸੇ ਤੋਂ ਡਰ ਲੱਗਦਾ। ਸੋ ਮੈਂ ਇਸ ਵੇਲੇ ਬਹੁਤ ਸੈਮੀ ਸੈਮੀ ਰਹਿੰਦੀ ਹਾਂ, ਡਿਪਰੈਸ 'ਚ ਹੀ ਰਹਿੰਦੀ ਹਾਂ, ਮੈਨੂੰ ਇੰਝ ਲੱਗਦਾ ਜਿਵੇਂ ਕੋਈ ਖੁਸ਼ੀ ਨਹੀਂ ਰਹੀ, ਜਦਕਿ ਮੇਰਾ ਜੋਨੂੰ ਮੈਂ ਪਸੰਦ ਕਰਦੀ ਸੀ ਉਹਦੇ ਨਾਲ ਇੰਗੇਜਮੈਂਟ ਹੋਈ ਹੈ, ਸਭ ਕੁਝ ਵਧੀਆ ਚੱਲ ਰਿਹਾ ਓਵਰਆਲ। ਯੂ ਨੋ ਪੇਰੈਂਟਸ ਤੋਂ ਇੰਨਾ ਡਰ ਲੱਗਦਾ ਸੀ ਕਿ ਹਾਏ ਕੀ ਕਰਨਗੇ, ਨਹੀਂ ਮੰਨਣਗੇ ਮੇਰੇ, ਯੂ ਨੋ ਜਿੱਥੇ ਮੈਂ ਚਾਹੁੰਦੀ ਹਾਂ ਉਹ ਵੀ ਹੋ ਗਿਆ, ਸਭ ਕੁਝ ਹੋਇਆ, ਪਰ ਅੰਦਰੋਂ ਖੁਸ਼ੀ ਨਹੀਂ ਹੈ, ਅੰਦਰੋਂ ਇੱਕ ਅਜੀਬ ਜਿਹਾ ਜਿਵੇਂ ਉਦਾਸੀ ਹੈ। ਸੋ ਪੁੱਛ ਰਹੀ ਹੈ ਕਿ ਐਸੇ ਹਾਲਾਤ 'ਚ ਮੈਂ ਕੀ ਕਰਾਂ। ਇੰਝ ਲੱਗਦਾ ਕਿ ਦੋ ਐਸੇ ਬੰਦੇ ਜਿਹੜੇ ਕਿ ਮੇਰੀ ਜ਼ਿੰਦਗੀ 'ਚ ਸਭ ਤੋਂ ਇੰਪੋਰਟੈਂਟ ਹੈ, ਮੈਂ ਉਹਨਾਂ ਨੂੰ ਦੋਨਾਂ ਨੂੰ ਬਹੁਤ ਪਿਆਰ ਕਰਦੀ ਹਾਂ, ਮੇਰਾ ਪਿਓ ਅਤੇ ਮੇਰਾ ਫਿਆਂਸੀ, ਦੋਨਾਂ ਦੇ ਡਰ ਨਾਲ ਮੈਂ ਸਹਿਮੀ ਹੋਈ ਹਾਂ ਔਰ ਮੈਂ ਬਿਲਕੁਲ ਆਪਣੀ ਲਾਈਫ ਨੂੰ ਇੰਜੋਏ ਨਹੀਂ ਕਰ ਰਹੀ, ਔਰ ਮੈਨੂੰ ਇਹ ਫਿਕਰ ਹੁੰਦਾ ਹੈ ਕਿ ਹਾਲੇ 8 ਮਹੀਨੇ ਹੋਏ ਹਾਂ ਅਤੇ ਮੈਂ ਇੰਨੀ ਸਟ੍ਰੈਸ ਲਿਆ ਇਸ ਚੀਜ਼ ਦਾ, ਅਤੇ ਅਗਰ 2 ਸਾਲ ਹੋਰ, ਜਦਕਿ ਪੇਰੈਂਟਸ ਨੇ ਆਪਸ 'ਚ ਗੱਲ ਕੀਤੀ ਸੀ 2 ਸਾਲ, ਅਤੇ ਮੁੰਡਾ ਹਾਲੇ ਹੋਰ ਟਾਈਮ ਮੰਗ ਰਿਹਾ, ਔਰ ਜੋ ਮੇਰੇ ਪੇਰੈਂਟਸ ਹੈ ਉਹ ਐਟਲੀਸਟ 2 ਸਾਲ ਵੀ ਬਾਅਦ ਵੀ ਚਲੋ ਕਰ ਦਿਉ, 1.25 ਸਾਲ 1.5 ਸਾਲ ਵੀ ਹੋਰ ਪਿਆ, ਅਤੇ ਉਹਦੇ ਵਿੱਚ ਮੈਂ ਕਿੰਨਾ ਸਟ੍ਰੈਸ ਲੈ ਸਕਾਂਗੀ ਮੈਨੂੰ ਪਤਾ ਨਹੀਂ। ਸੋ ਪੁੱਛ ਰਹੀ ਹੈ ਸਾਰੇ ਗੱਲਬਾਤ ਦੇ ਵਿਊਜ਼ ਨੂੰ ਕਿ ਐਸੇ ਹਾਲਾਤ 'ਚ ਮੈਨੂੰ ਕੀ ਕਰਨਾ ਚਾਹੀਦਾ, ਕੁੜੀ ਨੂੰ ਕੀ ਕਰਨਾ ਚਾਹੀਦਾ। ਆਈ ਨੋ ਇਟਸ ਲਿਟਲ, ਯੂ ਨੋ ਇਟਸ ਲਿਟਲ ਬਿਟ ਟਫ ਸਿਚੁਏਸ਼ਨ ਵਿਚਾਰੀ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਦੋ ਡਿਫਰੈਂਟ ਜਨਰੇਸ਼ਨਸ ਦੇ ਕਸਟਮਸ ਐਂਡ ਟ੍ਰੈਡੀਸ਼ਨਸ ਦੇ ਵਿੱਚੋਂ ਫਸੀ ਜੀ ਲੱਗ ਰਹੀ ਹੈ, ਕਿਉਂਕਿ ਇੱਕ ਜਨਰੇਸ਼ਨ ਜਿਹਦੇ 'ਚ ਉਹਨਾਂ ਦੇ ਫਾਦਰ ਨੇ, ਉਹਨਾਂ ਦੀ ਟ੍ਰੈਡੀਸ਼ਨ ਦੇ ਵਿੱਚ ਕੁੜੀਆਂ ਪਹਿਲੇ ਨਹੀਂ ਮਿਲਦੀਆਂ ਹੁੰਦੀਆਂ, ਜਿੱਥੇ ਵਿਆਹ ਕੇ ਜਾਣਾ ਹੈ ਬਸ ਵਿਆਹ ਕਰੋ ਅਤੇ ਆਪਣਾ ਉੱਥੇ ਜਾ ਕੇ ਫਿਰ ਯੂ ਨੋ ਖੁਸ਼ੀ ਖੁਸ਼ੀ ਉੱਥੇ ਰਹੋ, ਪਰ ਪਹਿਲੇ ਨਹੀਂ। ਐਂਡ ਦੂਸਰੀ ਜਨਰੇਸ਼ਨ ਜਿਹੜਾ ਕਿ ਵੁੱਡ ਬੀ ਹਸਬੈਂਡ ਹੈ, ਉਹਦੇ ਹਿਸਾਬ ਨਾਲ ਉਹਨੂੰ ਸਮਝ ਨਹੀਂ ਆ ਰਹੀ ਬਿਲਕੁਲ ਵੀ ਕਿ ਇਹ ਕਿਸ ਤਰ੍ਹਾਂ ਦਾ ਰੂਲ ਹੋਇਆ ਹੈ, ਕਿਹੋ ਜਿਹੀ ਬੰਦਿਸ਼ ਹੋਈ, ਜਦਕਿ ਕਹਿਤਾ ਹੈ ਇੰਗੇਜਮੈਂਟ ਹੋ ਗਈ ਹੈ, ਸਾਰੀ ਦੁਨੀਆ ਨੂੰ ਦੱਸਦਾ ਹੈ, ਅਤੇ ਫਿਰ ਕੀ ਪ੍ਰੋਬਲਮ ਹੈ? ਸੋ ਸਾਰੇ ਜ਼ਰੂਰ ਕਾਲ ਕਰੋ, ਔਰ ਇਹੋ ਜਿਹੀ ਸਿਚੁਏਸ਼ਨਸ ਵਿੱਚ ਕੁੜੀਆਂ ਫਸਦੀਆਂ ਕਿਉਂ ਨੇ, ਕੀ ਤੁਸੀਂ, ਤੁਹਾਡੀ ਕੀ ਰਾਏ ਹੈ ਇਹਦੇ ਬਾਰੇ, ਕੀ ਤੁਹਾਡੀ ਯੂ ਨੋ ਪੁਆਇੰਟ ਆਫ ਵਿਊ ਹੈਗਾ, ਔਰ ਜ਼ਰੂਰ ਇਸ ਕੁੜੀ ਨੂੰ ਔਰ ਮੇ ਬੀ ਪੇਰੈਂਟਸ ਨੂੰ ਯੂ ਨੋ ਕੀ ਤੁਸੀਂ ਕਹੋਗੇ, ਜ਼ਰੂਰ ਕਾਲ ਕਰਕੇ ਕਰੋ। ਮੈਂ ਇੰਝ ਕਰਦੀ ਹਾਂ ਛੋਟੀ ਜਿਹੀ ਇੱਕ ਕਮਰਸ਼ੀਅਲ ਬ੍ਰੇਕ ਲੈ ਲੈਂਦੀ ਹਾਂ, ਵਾਪਸ ਹਾਜ਼ਰ ਹੁੰਦੀ ਹਾਂ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਹੈ ਇਸ ਕੁੜੀ ਨੂੰ। ਆਈ ਨੋ ਦੋ ਇਨਸਾਨਾਂ ਦੇ ਵਿੱਚ ਫਸੀ ਹੋਈ ਹੈ, ਡੂ ਯੂ ਥਿੰਕ ਜਸਟ ਉਹਨਾਂ ਦੇ ਵਿੱਚ ਫਸੀ ਹੈ ਜਾਂ ਕਿਸ ਵਿੱਚ ਫਸੀ ਹੋਈ ਹੈ, ਕੀ ਕੌਨਫਲਿਕਟ ਹੈ ਇਸ ਵੇਲੇ, ਇਜ਼ ਇਟ ਐਕਸਟਰਨਲ ਇੰਟਰਨਲ, ਹਾਊ ਵਿਲ ਯੂ ਸੀ ਇਟ, ਪਲੀਜ਼ ਡੂ ਜੁਆਇਨ ਅਸ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ? ਅੱਜ ਮੈਂ ਕਹਾਂਗੀ ਭੈਣ ਜੀ, ਹੋਰ ਵੀ ਬੜੇ ਬੱਚੇ ਸਿਚੁਏਸ਼ਨ ਹੋਣਗੇ, ਤੁਸੀਂ ਠੀਕ ਕਹਿੰਦੇ ਹੋ, ਕਲਚਰਲ ਗੈਪ ਹੈਗਾ, ਤੇ ਮੈਂ ਇਸ ਕੁੜੀ ਨੂੰ ਕਹਾਂਗੀ ਜਦੋਂ ਠੀਕ ਲੱਗਿਆ ਨਾ, ਠੀਕ ਟਾਈਮ ਇਹ ਬੈਠ ਕੇ ਨਾ ਦੋਨੋਂ ਆਪਣੇ ਮੰਮੀ ਡੈਡੀ ਨਾਲ ਗੱਲ ਕਰੇ, ਜਦੋਂ ਇਹਦੇ ਭੈਣ ਭਾਈ ਨੀ ਹੈਗੇ, ਓਕੇ ਜੀ, ਤੇ ਇਕੱਲਿਆ ਨਾਲ ਗੱਲ ਕਰੇ ਤੇ ਸਾਰਾ ਆਪਣਾ ਦੱਸੇ ਕਿ ਏਦਾਂ ਇਹਦਾ ਇਫੈਕਟ ਹੋ ਰਿਹਾ, ਕਿ ਇਹਨੂੰ ਮਹਿਸੂਸ ਹੋ ਰਿਹਾ, ਰਾਈਟ, ਤੇ ਪੁੱਛੇ ਡੈਡੀ ਨੂੰ ਬਈ ਕੀ ਤੁਹਾਡੇ
ਹੋ ਸਕਦੀ ਹੈਗੀ, ਕੀ ਤੁਹਾਡੇ ਡਰ ਹੈਗੇ ਆ, ਕੀ ਤੁਹਾਡੇ ਕੰਸਰਨਸ ਹੈਗੇ ਆ, ਤੇ ਆਈ ਥਿੰਕ ਜਿਸ ਤਰ੍ਹਾਂ ਉਹ ਕਹਿੰਦੇ ਆ ਫੇਰ ਨਾ ਇਹ ਬਾਉਂਡਰੀਜ਼ ਥੋੜੀਆਂ ਸੈੱਟ ਕਰਨੀਆਂ ਤੇ ਟ੍ਰਸਟ ਕਰਨਾ ਪਏਗਾ, ਤੇ ਜਿਸ ਤਰ੍ਹਾਂ ਉਹ ਕਹਿੰਦੇ ਆ ਨਾ ਸ਼ੀ ਹੈਜ਼ ਟੂ ਮੀਟ ਦੈਮ ਇਨ ਦ ਮਿਡਲ, ਤੇ ਜੇ ਡੈਡੀ ਥੋੜਾ ਜਿਹਾ ਯੂ ਨੋ ਠੀਕ ਆ ਆਪਣਾ ਦੱਸਣ ਕਿੱਥੇ ਜਾ ਰਿਹਾ ਕੀ ਕਰ ਰਿਹਾ, ਜਿਸ ਤਰ੍ਹਾਂ ਉਹ ਡੈਡੀ ਮੈਂ ਵੀ ਥੋੜੇ ਰੂਲਸ ਚਾਹੁੰਦੇ ਆ ਥੋੜੇ ਬਾਉਂਡਰੀਜ਼, ਜੇ ਇਸ ਤਰ੍ਹਾਂ ਅਗਰੀਮੈਂਟ ਹੋ ਸਕਦਾ ਨਾ ਤੇ ਦੈਟ ਵੁੱਡ ਬੀ ਬੈਸਟ, ਕਿਉਂਕਿ ਫੇਰ ਜੇ ਵੀ ਚੱਲ ਚਲੋ ਕੋਈ ਠੀਕ ਨਹੀਂ ਲੱਗ ਰਿਹਾ ਕੁਛ ਟਾਈਮ ਬਾਅਦ ਬੈਠ ਕੇ ਫੇਰ ਸਾਰੇ ਗੱਲ ਕਰ ਸਕਦੇ ਆ, ਪਰ ਕਲੀਅਰਲੀ ਨਾ ਉਹ ਰਾਈਟ ਨਾਓ ਕਮਿਊਨੀਕੇਸ਼ਨ ਇਹ ਕਿਉਂਕਿ ਫਸੀ ਹੋਈ ਹੈ ਦੋਨਾਂ ਚ, ਤੇ ਜੇ ਮੰਗਣੀ ਹੋ ਗਈ ਪਹਿਲਾਂ ਵੱਡਾ ਸਟੈਪ ਲੈ ਲਿਆ ਹੈਗਾ ਤੇ ਸਾਰਿਆਂ ਨੂੰ ਪਤਾ ਹੈਗਾ, ਤੇ ਬਈ ਫਿਰ ਕੀ ਹੈਗਾ ਉਹ ਮਿਲਣਾ ਚਾਹੁੰਦੀ ਆ ਮੁੰਡੇ ਨੂੰ ਜਾਣ ਪਛਾਣ, ਤੇ ਆਪਣਾ ਮਿਹਨਤ ਕਰ ਰਹੇ ਆ ਆਪਣਾ ਜੋਬ ਕਰ ਰਹੇ ਆ ਪੜ੍ਹਾਈ ਕਰ ਰਹੇ ਆ ਜੋ ਵੀ ਕਰ ਰਹੇ ਆ, ਤੇ ਜੇ ਉਹ ਸਭ ਠੀਕ ਚੱਲ ਰਿਹਾ ਤੇ ਦਿਸ ਸ਼ੁਡ ਨਾਟ ਬੀ ਅ ਪ੍ਰੋਬਲਮ ਜੀ। ਸੋ ਜਿਹਦੇ ਕੋਲ ਜਿਹੜੇ ਵੀ ਕੰਸਰਨਸ ਹੈਗੇ ਆ ਕੀ ਜੇ ਉਹ ਥੋੜਾ ਜਿਹਾ ਫਰੀਡਮ ਅਲਾਉ ਕਰਦੇ ਆ ਤੇ ਠੀਕ ਆ, ਬਹੁਤ ਸਟ੍ਰਿਕਟ ਹੈਗੇ ਆ, ਪਰ ਡੈਡੀ ਨੂੰ ਵੀ ਥੋੜਾ ਜਿਹਾ ਹੁਣ ਇਹਨੂੰ ਫਰੀਡਮ ਦੇਣਾ ਚਾਹੀਦਾ ਹੈਗਾ, ਤੇ ਮੰਗਣੀ ਹੈਗੀ ਆ ਤੇ ਦੇ ਸ਼ੁਡ ਬੀ ਏਬਲ ਟੂ ਮੀਟ ਈਚ ਅਦਰ। ਠੀਕ ਹੈ, ਬਹੁਤ ਵਧੀਆ ਜਸਪ੍ਰੀਤ, ਡਿਊਰਿੰਗ ਕੁਝ ਹੋਰ ਵੀ ਧਿਆਨ ਆਏ ਜ਼ਰੂਰ ਦੱਸੋ, ਲੈਟਸ ਸੀ ਇਹ ਕੀ ਕਹਿ ਰਹੇ ਨੇ। ਹੈਲੋ ਹੈਲੋ ਰਿਮ, ਹਾਂਜੀ ਹਾਂਜੀ ਸੁਦਰਸ਼ਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਿਲਕੁਲ ਠੀਕ, ਦੱਸੋ ਕੀ ਕਹਿੰਦੇ ਹੋ? ਮੈਂ ਕਹਿੰਦੀ ਹਾਂ ਕਿ ਜੋ ਲੜਕੀ ਦੇ ਮਨ 'ਚ ਜਿਹੜਾ ਡਰ ਹੈ ਉਹ ਸ਼ਾਇਦ ਉਹਦੀ ਮਾਂ ਤੋਂ ਮਿਲਿਆ, ਉਹਨੂੰ ਵਿਰਾਸਤ 'ਚ ਮਿਲਿਆ, ਉਹ ਦੇਖਦੀ ਰਹੀ ਹੈ ਆਪਣੀ ਮਾਂ ਨੂੰ ਡਰਦਿਆਂ ਚੀਜ਼ਾਂ 'ਚ ਪਾਉਂਦਿਆਂ, ਤੇ ਉਸ ਚੀਜ਼ ਦਾ ਉਹਦਾ ਬੱਚਾ ਉਹਦੇ 'ਤੇ ਅਸਰ ਹੋ ਜਾਂਦਾ ਤੇ ਉਹ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀ ਆਪਣੇ ਫਾਦਰ ਨਾਲ। ਬਿਲਕੁਲ ਬਿਲਕੁਲ, ਚੀਜ਼ ਹੈ ਜੋ ਮੇਰੀ ਸਮਝ 'ਚ ਆਇਆ, ਤੇ ਹੁਣ ਆਪਣੀ ਮਾਂ ਨੂੰ ਕਵੇ ਇਹਦੇ ਫਾਦਰ ਨੂੰ ਪਤਾ ਕਿ ਇਹ ਲੜਕਾ ਇਹਨੂੰ ਪਸੰਦ ਸੀ ਔਰ ਅਸੀਂ ਮੰਗਣੀ ਕੀਤੀ, ਹਾਂਜੀ ਠੀਕ ਹੈ, ਤੇ ਆਪਣੀ ਮਾਂ ਨੂੰ ਕਵੇ ਕਿ ਬਹੁਤ ਲੰਬਾ ਟਾਈਮ ਹੈ ਮੰਗਣੀ ਦੇ ਵਿੱਚ ਤੇ ਉਹ ਲੜਕਾ ਨਾਰਾਜ਼ ਹੋ ਸਕਦਾ ਮੇਰੇ ਨਾਲ ਮਿਲਣ ਤੋਂ ਤੇ ਰਿਸ਼ਤਾ ਵੀ ਖਤਮ ਹੋ ਸਕਦਾ, ਤੇ ਉਹਦੀ ਮਾਂ ਨੂੰ ਕੌਨਫੀਡੈਂਸ 'ਚ ਲੈ ਕੇ ਆਪਣੇ ਫਾਦਰ ਨਾਲ ਗੱਲ ਕਰਵਾਵੇ ਔਰ ਉਹਨਾਂ ਕੋਲ ਇਜਾਜ਼ਤ ਲਵੇ, ਮਿਲਣ 'ਚ ਕੋਈ ਦਿੱਕਤ ਨਹੀਂ ਹੈ ਔਰ ਉਹਨੂੰ ਡਰੇ ਨਹੀਂ, ਅਗਰ ਉਹ ਨਹੀਂ ਤਾਂ ਆਪਣੇ ਆਪ ਹੀ ਗੱਲ ਕਰ ਸਕਦੀ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਰਿਸ਼ਤਾ ਖਤਮ ਹੀ ਹੋ ਜਾਏ, ਤੇ ਜੇ ਲੰਬਾ ਟਾਈਮ ਵੈਸੇ ਬਹੁਤ ਲੰਬਾ ਮੰਗਣੀ ਦੇ ਬਾਅਦ ਸੇਮ ਟਾਊਨ ਵਿੱਚ ਹੈ, ਦੂਸਰੇ ਸ਼ਹਿਰ 'ਚ ਵੀ ਹੁਣ ਤਾਂ ਵੀ ਇੰਨਾ ਲੰਬਾ ਟਾਈਮ ਹੈ, ਲੰਬਾ ਟਾਈਮ ਹੈ ਬਹੁਤ, ਉਹਦੇ ਵਿੱਚ ਕੁਛ ਵੀ ਚੀਜ਼ਾਂ ਹੋ ਸਕਦੀਆਂ ਨੇ, ਇਤਨੀ ਲੰਬੀ ਮੰਗਣੀ ਰੱਖਣੀ ਨਹੀਂ ਚਾਹੀਦੀ, ਉਹਦੀ ਮਦਰ ਹੀ ਉਹਨੂੰ ਇਸ ਤਰ੍ਹਾਂ, ਜਾਂ ਤੇ ਉਹ ਲੜਕੇ ਨੂੰ ਕਵੇ ਕਿ ਮੇਰੇ ਮੇਰੇ ਜਿਹੜਾ ਟਾਈਮ ਹੈ ਉਹ ਤੂੰ ਥੋੜਾ ਘੱਟ ਕਰ, ਉਹੀ ਹੋ ਨਾ ਸੈਟਲਡ ਹੈਗੇ ਨਹੀਂ ਤੇ ਉਹਨਾਂ ਨੇ ਮੰਗਤੀ ਹੈ, ਪਰ ਨਾਲ ਹੀ ਹੁਣੇ ਇਹ ਵੀ ਆਇਆ ਕਿ ਮੰਗੀ ਕੋਈ ਇੰਗੇਜਮੈਂਟ ਸੈਰੇਮਨੀ ਨਹੀਂ ਕੀਤੀ ਉਹਨਾਂ ਨੇ, ਬਟ ਅਨਾਉਂਸ ਕਰਤਾ ਹੈ ਜਿਵੇਂ ਅਸੀਂ ਰੋਕਾ ਕਹਿ ਲੋ ਜਾਂ ਮਤਲਬ ਮੰਗੀ ਗਈ, ਉਹਨੂੰ ਮੰਨ ਰਹੇ ਹਾਂ ਕਿ ਮੰਗੀ ਗਈ, ਹਾਂਜੀ ਆਪਸ ਪੇਰੈਂਟਸ ਨੇ ਗੱਲ ਕਰ ਲਈ ਹੈ, ਮਦਰ ਨੂੰ ਕਵੇ ਕਿ ਫਾਦਰ ਨਾਲ ਗੱਲ ਕਰਨ, ਅਗਰ ਉਹਨੂੰ ਆਪਣੇ ਨੂੰ ਡਰ ਲੱਗਦਾ ਤੇ ਕੋਈ ਬੱਚਿਆਂ ਨੂੰ ਮਿਲਣ ਦਿਓ, ਨਹੀਂ ਤਾਂ ਉਹਦੀ ਮਦਰ ਕਨਵਿੰਸ ਕਰੇ ਆਪਣੇ ਹਸਬੈਂਡ ਨੂੰ ਕਿ ਐਵੇਂ ਰਿਸ਼ਤਾ ਕਿਉਂ ਹੱਥੋਂ ਹੱਥੋਂ ਅਸੀਂ ਗਵਾਈਏ, ਤੇ ਇਹਨਾਂ ਨੂੰ ਮਿਲਣ ਦਿਓ ਕੋਈ ਗੱਲ ਨਹੀਂ, ਠੀਕ ਹੈ, ਬਾਕੀ ਦੇਖੋ ਕੀ ਕਹਿੰਦੇ ਨੇ। ਠੀਕ ਹੈ ਸੁਦਰਸ਼ਨ ਜੀ, ਥੈਂਕ ਯੂ ਸੋ ਮਚ, ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ, ਕਿਉਂਕਿ ਇਹ ਮਤਲਬ ਉਹੀ ਜਿਵੇਂ ਜਸਪ੍ਰੀਤ ਨੇ ਕਿਹਾ ਕਿ ਹੋ ਸਕਦਾ ਹੋਰ ਵੀ ਬੱਚੇ ਮੇ ਬੀ ਇੰਨਾ ਨਹੀਂ ਕਿ ਹਾਂ ਐਗਜੈਕਟਲੀ ਸੇਮ ਸਿਚੁਏਸ਼ਨ 'ਚ ਨਾ ਹੋਣ, ਬਟ ਸਿਮਿਲਰ ਸਿਚੁਏਸ਼ਨਸ ਹੋਰ ਵੀ ਕੁੜੀਆਂ ਹੋ ਸਕਦੀਆਂ ਨੇ, ਕਿਉਂਕਿ ਉਹੀ ਜਿਵੇਂ ਧਿਆਨ ਵਿੱਚ ਆ ਰਿਹਾ ਕਿ ਜਨਰੇਸ਼ਨਲੀ ਅਸੀਂ ਕੀ ਐਕਸਪੈਕਟ ਕਰਦੇ ਹਾਂ ਕੁੜੀਆਂ ਤੋਂ, ਬੱਚਿਆਂ ਤੋਂ ਕੀ ਐਕਸਪੈਕਟ ਕਰਦੇ ਹਾਂ, ਫਿਰ ਰੂਲਸ ਐਂਡ ਰੈਗੂਲੇਸ਼ਨਸ ਕੀ ਹੈ, ਤੁਸੀਂ ਮੰਗੇ ਹੋਏ ਹੋ ਤਾਂ ਕੀ ਕਰਨਾ ਚਾਹੀਦਾ ਹੈ ਤੁਹਾਨੂੰ, ਯੂ ਨੋ ਉਹ ਕੀ ਪਹਿਲੇ ਸੀਗਾ ਅਤੇ ਕੀ ਹੁਣ ਇਹਦੇ ਵਿੱਚ ਬਹੁਤ ਅੰਤਰ ਆ ਗਿਆ, ਬਹੁਤ ਡਿਫਰੈਂਸ ਆ ਗਿਆ, ਜੋ ਚਲਨ ਹੈ ਜੋ ਹੈ ਤਾਂ ਕੀ ਡਿਫਰੈਂਸ, ਮਤਲਬ ਜੋ ਕਲਚਰਲੀ ਅਪਰੂਵਡ ਹੈ ਸਾਰੀ ਦੁਨੀਆ ਜੋ ਕਰ ਰਹੀ ਹੈ, ਯੂ ਨੋ ਰਾਈਟ ਐਂਡ ਰੋਂਗ ਕੋਈ ਵੀ ਨਹੀਂ ਹੁੰਦਾ, ਅਸੀਂ ਅਕਸਰ ਇਹੀ ਜ਼ਿਕਰ ਕਰੀਦਾ ਕਿ ਰਾਈਟ ਐਂਡ ਰੋਂਗ ਕੁਛ ਨਹੀਂ ਹੈ, ਬਟ ਐਟਲੀਸਟ ਇਹ ਜ਼ਰੂਰ ਹੈ ਕਿ ਸੋਸ਼ਲੀ ਅਪਰੂਵਡ ਕੀ ਹੈ, ਅੱਜ ਕੱਲ੍ਹ ਕੀ ਚਲਨ ਹੈ, ਸਾਰੀ ਦੁਨੀਆ ਕਰ ਰਹੀ ਹੈ, ਸੋ ਸੋਸ਼ਲੀ ਐਕਸੈਪਟੇਬਲ ਹੈ, ਉਹਦੇ ਵਿੱਚ ਕਾਫੀ ਡਿਫਰੈਂਸ ਹੈ, ਸੋ ਬਹੁਤ ਜ਼ਰੂਰੀ ਹੈ ਕਿ ਬੈਠ ਕੇ ਗੱਲ ਕਰੇ, ਔਰ ਸੁਦਰਸ਼ਨ ਜੀ ਨੇ ਜਿਸ ਤਰ੍ਹਾਂ ਠੀਕ ਪਹੁੰਚਾਣਿਆ ਕਿ ਡਰ ਜਿਹੜਾ ਹੈ ਨਾ ਉਹ ਅੱਗੋਂ ਮਿਲਿਆ, ਮਾਂ ਨੂੰ ਡਰਦਿਆਂ ਦੇਖਿਆ, ਕਿਉਂਕਿ ਇਹਦੇ ਹੀ ਭੈਣ ਭਰਾ ਉਨਾ ਨਹੀਂ ਡਰਦੇ, ਉਹ ਖੁੱਲ੍ਹ ਕੇ ਗੱਲ ਵੀ ਕਰ ਲੈਂਦੇ ਨੇ, ਜਵਾਬ ਦੇ ਕੇ ਆਪਣੀ ਗੱਲ ਕਹਿ ਵੀ ਲੈਂਦੇ ਨੇ, ਪਰ ਇਹ ਉਹ ਨਹੀਂ ਕਰ ਸਕਦੀ, ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ
ਹੈਲੋ ਸਤਿ ਸ੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ ਦੱਸੋ। ਏਦਾਂ ਜੀ, ਬਾਪੂ ਜੀ ਦਾ ਡਰਨਾ ਸਹੀ ਆ, ਕਿਉਂਕਿ ਅੱਗ ਦੇ ਲਾਗੇ ਜਾਣ ਨਾਲ ਘਿਓ ਤੜ ਵੀ ਸਕਦਾ, ਸੋ ਗਲਤ ਕੰਮ ਹੋਣ ਦੇ ਚਾਂਸਸ ਵੱਧ ਜਾਂਦੇ ਆ। ਅੱਛਾ, ਜੋ ਤੁਸੀਂ ਜ਼ਿਆਦਾ ਮਿਲਦੇ ਜੁਲਦੇ ਆ, ਤੋ ਉਹ ਬਾਪੂ ਜੀ ਵੀ ਆਪਣੀ ਜਗ੍ਹਾ ਠੀਕ ਹੈ, ਕਿਉਂਕਿ ਇਹ ਫਿਰ ਮਤਲਬ ਕੋਈ ਗਲਤ ਕੰਮ ਸਟੈਪ ਚੱਕਿਆ ਜਾਏ ਤਾਂ ਉਹ ਨਾ ਤਾਂ ਧਰਮ ਤੇ ਹੀ ਪ੍ਰਵਾਨ ਹੈ ਤੇ ਨਾ ਸਮਾਜ ਵਿੱਚ ਹੀ ਪ੍ਰਵਾਨ ਹੁੰਦਾ ਹੈ। ਹਾਂਜੀ ਗੁਰਦੀਪ ਜੀ, ਪਰ ਅੱਜ ਕੱਲ ਬੱਚੇ ਮਿਲਦੇ ਨੇ ਤੇ ਆਪਸ ਚ ਉਹਨਾਂ ਨੂੰ ਸਮਝ ਆਉਂਦੀ ਹੈ, ਜਾਂ ਹੁਣ ਇੰਗੇਜਮੈਂਟ ਹੋਈ ਹੋਈ ਹੈ ਤੇ ਦੁਨੀਆ ਮਿਲਦੀ ਹੈ, ਆਪਸ ਮੁੰਡਾ ਕੁੜੀ ਮਿਲਦੇ ਆ, ਉਹਨਾਂ ਨੂੰ ਪਤਾ ਹੈ ਕਿ ਸਾਡੀ ਕੀ ਸੀਮਾ ਹੈ ਕੀ ਨਹੀਂ ਹੈ। ਸੁਭਾਅ ਵੀ ਦੇਖਣਾ ਨਾ, ਉਹ ਦੇਖੋ ਕਿਹੜੇ ਮਾਹੌਲ ਦੇ ਵਿੱਚ ਉਹਨੂੰ ਡਰ ਹੈ। ਬਿਲਕੁਲ ਹਾਂਜੀ, ਤੇ ਇਸ ਕਰਕੇ ਬਾਪੂ ਦਾ ਬਦਲ ਕੋਈ ਨਹੀਂ ਹੈ ਮੇਰੇ ਹਿਸਾਬ ਨਾਲ, ਆਪਣਾ ਆਪਣਾ ਵਿਊ ਹੈ। ਬਾਪੂ ਦਾ ਬਦਲ ਕੋਈ ਨਹੀਂ ਹੈ, ਮੁੰਡੇ ਦਾ ਬਦਲ ਹੈ। ਮੁੰਡੇ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰੇ, ਈਮੇਲ ਵਗੈਰਾ ਭੇਜਿਆ ਕਰੇ, ਪਰਸਨਲੀ ਨਾ ਮਿਲੇ ਤੇ ਬਾਪੂ ਨਹੀਂ ਚਾਹੁੰਦਾ, ਤੇ ਜੇ ਮੁੰਡਾ ਨਹੀਂ ਮੰਨਦਾ ਇਹਦਾ ਮਤਲਬ ਫਿਰ ਮੁੰਡੇ ਨੂੰ ਵੀ ਸਮਝਣਾ ਚਾਹੀਦਾ ਮੇਰੇ ਹਿਸਾਬ ਨਾਲ। ਫਿਰ ਬਾਏ ਬਾਏ, ਮੁੰਡੇ ਦਾ ਬਦਲ ਹੈ, ਬਾਪੂ ਦਾ ਬਦਲ ਕੋਈ ਨਹੀਂ ਹੈ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਸੋ ਮਚ ਜੀ। ਸੋ ਗੁਰਦੀਪ ਜੀ ਦੇ ਨਾਲ ਕਿ ਪਿਓ ਨੇ ਤਾਂ ਹੁਣ ਕੀ ਬਦਲਣਾ, ਉਹ ਜਿਸ ਸਮਾਜ 'ਚ ਹੈ, ਜਿਸ ਤਰ੍ਹਾਂ ਉਹ ਇੰਨਾ ਉਹਦੀ ਉਮਰ ਹੋ ਗਈ ਹੈ, ਪੱਕੀਆਂ ਹੋ ਗਈਆਂ ਗੱਲਾਂ, ਉਹਨੇ ਨਹੀਂ ਬਦਲਣਾ। ਬਟ ਮੁੰਡੇ ਨੂੰ ਸਮਝਾਇਆ ਜਾ ਸਕਦਾ ਔਰ ਮੁੰਡੇ ਨੂੰ ਸਮਝਣਾ ਵੀ ਚਾਹੀਦਾ, ਵਿਚ ਵੀ ਆਲ ਐਗਰੀ ਕਿ ਹਾਂ, ਇੱਕ ਜਿਹੜਾ ਲਾਈਫ ਪਾਰਟਨਰ ਹੈ ਉਹਨੂੰ ਸਮਝਣਾ ਚਾਹੀਦਾ ਵੀ ਸੁਭਾਅ ਕਿਹੋ ਜਿਹਾ, ਹਾਲੇ ਤੱਕ ਉਹ ਆਪਣੇ ਘਰ ਹੈ, ਸੋ ਉਹਨੂੰ ਇਹ ਆਪਣੇ ਪਿਓ ਦੀ ਗੱਲ ਸੁਣਨੀ ਹੈ, ਸੋ ਉਹਨੂੰ ਇੱਕ ਸਮਝਣਾ ਤਾਂ ਜ਼ਰੂਰ ਚਾਹੀਦਾ ਕਿ ਹਾਂ ਇਹ ਕਿਸ ਸਿਚੁਏਸ਼ਨ 'ਚ। ਉਹਨੂੰ ਗੁੱਸਾ ਹੋਣਾ, ਪਿਆਰ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਿਸ ਕਰਦੇ ਹੋ, ਮਿਲਣਾ ਚਾਹੁੰਦੇ ਹੋ ਔਰ ਮਿਲਣ ਦੇ ਉਤਾਵਲੇ ਹੋ, ਉਹ ਸਮਝ ਆਉਂਦੀ ਹੈ। ਪਰ ਇਸ ਪਿੱਛੇ ਗੁੱਸੇ ਹੋਣਾ ਕਿ ਤੂੰ ਮੈਨੂੰ ਕਿਉਂ ਨਹੀਂ ਮਿਲ ਰਹੀ, ਔਰ ਨਾ ਸਮਝਣਾ ਕਿ ਹਾਂ ਤੂੰ ਇਸ ਪਿੱਛੇ ਨਹੀਂ ਮਿਲ ਰਹੀ ਕਿਉਂਕਿ ਤੇਰਾ ਪਿਓ ਨਹੀਂ ਚਾਹੁੰਦਾ, ਉਹ ਥੋੜ੍ਹਾ ਜਿਹਾ ਅੱਜ ਕੱਲ੍ਹ ਵਾਲੀ ਜਨਰੇਸ਼ਨ 'ਚ ਉਹ ਵੀ ਸ਼ਾਇਦ ਨਹੀਂ ਹੈ। ਪੀਪਲ ਕਿਡਸ ਡੂ ਅੰਡਰਸਟੈਂਡ ਈਚ ਅਦਰ ਕਿ ਹਾਂ ਤੁਸੀਂ ਕਿਸ ਚੀਜ਼ ਨਾਲ ਡੀਲ ਕਰ ਰਹੇ ਹੋ। ਯੂ ਆਰ ਡੀਲਿੰਗ ਵਿਦ ਅ ਫਾਦਰ ਹੂ ਇਜ਼ ਵੈਰੀ ਸਟ੍ਰਿਕਟ। ਤੁਹਾਡੇ ਘਰ ਦੇ ਰੈਗੂਲੇਸ਼ਨਸ ਦੇ ਵਿੱਚ ਇਹ ਚੀਜ਼ ਨਹੀਂ ਹੈ ਕਿ ਤੁਸੀਂ ਇੰਨਾ ਫ੍ਰੀਕੁਐਂਟਲੀ ਮਿਲੋ, ਸੋ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ। ਫਿਰ ਵੀ ਇਨਸਪਾਈਟ ਆਫ ਦੈਟ ਤੁਸੀਂ ਮਿਸ ਕਰਨਾ ਔਰ ਮਿਲਣਾ ਚਾਹਣਾ, ਐਗਰੀਡ, ਉਹ ਠੀਕ ਹੈ। ਪਰ ਗੁੱਸਾ ਆਉਣਾ ਮੁੰਡੇ ਨੂੰ ਕਿ ਤੂੰ ਕਿਉਂ ਨਹੀਂ ਮਿਲ ਰਹੀ, ਉਹ ਫਿਰ ਉਹੀ ਗੱਲ ਆ ਗਈ ਕਿ ਜਨਰੇਸ਼ਨ ਡਿਫਰੈਂਟ ਹੋ ਗਈ, ਸਭ ਕੁਝ ਹੋ ਗਿਆ, ਪਰ ਮੇਲ ਡੋਮੀਨੈਂਸ ਉਹ ਉੱਥੇ ਦੀ ਉੱਥੇ ਹੈ। ਔਰ ਦੂਜੇ ਪਾਸੇ ਜਿਵੇਂ ਜਿਸ ਤਰ੍ਹਾਂ ਸੁਦਰਸ਼ਨ ਜੀ ਨੇ ਕਿਹਾ ਕਿ ਇਹ ਆਪਣੇ ਕਈ ਵਾਰੀ ਆਪਣੇ ਡਰ ਹੀ ਅਸੀਂ ਜਿਹੜੇ ਹੈਗੇ ਆ ਬਾਹਰ ਰਿਫਲੈਕਟ ਕਰਦੇ ਹਾਂ, ਜਦੋਂ ਸੁਸਾਇਟੀ ਨਾਲ ਕਹਿ ਲਓ, ਸਮਾਜ 'ਚ ਕਹਿ ਲਓ, ਰਿਲੇਸ਼ਨਸ਼ਿਪਸ ਵਿੱਚ ਕਹਿ ਲਓ, ਜੋ ਸਾਡਾ ਡਰ ਹੁੰਦਾ ਉਹ ਅਸੀਂ ਰਿਫਲੈਕਟ ਕਰਦੇ ਹਾਂ ਬਾਹਰ, ਅਸੀਂ ਅਟਰੈਕਟ ਵੀ ਉਨਾ ਹੀ ਉਂਝ ਦਾ ਹੀ ਬੰਦਾ ਕਰਦੇ ਹਾਂ ਜਿਸ ਤਰ੍ਹਾਂ ਦਾ ਅਸੀਂ ਜਿੰਜ ਪਿਓ ਹੈਗਾ ਉਸੇ ਤਰ੍ਹਾਂ ਉਹਨੇ ਬੰਦਾ ਵੀ ਅਟਰੈਕਟ ਕੀਤਾ ਕਿ ਉਹ ਗੁੱਸਾ ਆ ਰਿਹਾ ਉਹਨੂੰ, ਰਾਦਰ ਦੈਨ ਸਮਝਣ ਦੀ ਕੋਸ਼ਿਸ਼ ਐਂਡ ਫਿਰ ਕਰਨਾ ਕਿ ਉਹ ਨੋ ਵਾਈ ਕਾਂਟ ਵੀ ਮੀਟ, ਬਟ ਲਾਈਕ ਹੀ ਇਜ਼ ਗੈਟਿੰਗ ਮੈਡ ਐਟ ਹਰ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਸਾਰੇ ਆਪਣਾ ਵਿਚਾਰ ਜ਼ਰੂਰ ਲੈ ਕੇ ਆਓ। ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਇਸ ਠੰਡ ਦੇ ਵਿੱਚ ਆਰਾਮ ਨਾਲ ਬੈਠੇ ਹੋ ਸਾਰੇ, ਇਸ ਘੰਟੇ ਨੂੰ ਅਸੀਂ ਇੱਕ ਤਰ੍ਹਾਂ ਨਾਲ ਡੈਡੀਕੇਟ ਕੀਤਾ ਹੋਇਆ ਕਿ ਕਿਸੇ ਦੀ ਗੱਲ ਸੁਣਾਂਗੇ, ਵਿਚਾਰ ਕਰਾਂਗੇ ਔਰ ਉਹਦੇ ਅਰਾਊਂਡ ਬੜੀ ਵਾਰੀ ਇੱਕ ਜਨਰਲ ਡਿਸਕਸ਼ਨ ਵੀ ਸ਼ੁਰੂ ਹੋ ਜਾਂਦੀ ਹੈ ਕਿ ਆਫਟਰ ਆਲ ਇਹ ਸਵਾਲ ਆਇਆ ਕਿਉਂ। ਸੋ ਅੱਜ ਵੀ ਕੁਛ ਇਸ ਤਰ੍ਹਾਂ ਦਾ ਕੁਐਸਚਨ ਹੈ, ਬਿਨਾਂ ਕਿਸੇ ਡਿਲੇਅ ਦੇ ਮੈਂ ਤੁਹਾਨੂੰ ਸ਼ੇਅਰ ਕਰਦਾ। ਐਂਡ ਆਈ ਆਲਵੇਜ਼ ਟੈਲ ਯੂ ਕਿ ਜਦੋਂ ਯੰਗਸਟਰ ਸਾਨੂੰ ਲਿਖਦੇ ਨੇ ਸਾਨੂੰ ਅੱਛਾ ਬਹੁਤ ਲੱਗਦਾ, ਕਿਉਂਕਿ ਅਸੀਂ ਆਪਣੇ ਆਪ ਨੂੰ ਮੰਨਦੇ ਹਾਂ ਕਿ ਇੱਕ ਡਿਫਰੈਂਟ ਜਨਰੇਸ਼ਨ ਦੇ ਹਾਂ, ਮਿਡਲ ਆਫ ਦ ਡੇ ਹੈ ਜਿਹਦੇ 'ਚ ਤਕਰੀਬਨ ਅਸੀਂ ਵੱਡੇ ਇਕੱਠੇ ਹੋ ਕੇ ਬੈਠਦੇ ਹਾਂ, ਪਰ ਜਦੋਂ ਯੰਗਸਟਰਸ ਲਿਖਦੇ ਨੇ ਨਾਲ ਜੁੜਦੇ ਨੇ ਬਹੁਤ ਅੱਛਾ ਲੱਗਦਾ, ਬਿਕੋਜ਼ ਦੈਟਸ ਨੋਟ ਓਨਲੀ ਕਿ ਅਸੀਂ ਇੱਕ ਦੂਜੀ ਜਨਰੇਸ਼ਨ ਦੇ ਤੱਕ ਪਹੁੰਚ ਪਾ ਰਹੇ ਹਾਂ, ਉਹਨਾਂ ਦੀ ਸੁਣ ਪਾ ਰਹੇ ਹਾਂ ਔਰ ਇੱਕ ਇਹ ਬ੍ਰਿਜਿੰਗ ਬਿਟਵੀਨ ਦ ਜਨਰੇਸ਼ਨਸ ਮੈਨੂੰ ਲੱਗਦਾ ਬਹੁਤ ਇੰਪੋਰਟੈਂਟ ਹੈ ਫੋਰ ਐਨੀਥਿੰਗ, ਕਿ ਕਿਸ ਤਰ੍ਹਾਂ ਅਸੀਂ ਇੱਕ ਅੱਗੇ ਚੀਜ਼ ਚਲਾਉਣੀ ਹੈ, ਕਿਸ ਤਰ੍ਹਾਂ ਅਸੀਂ ਐਜ਼ ਪੇਰੈਂਟਸ ਐਜ਼ ਡਿਫਰੈਂਟ ਓਲਡਰ ਜਨਰੇਸ਼ਨ ਵੀ ਵਾਂਟ ਕਿ ਸਾਡੀ ਜਿਹੜੀਆਂ ਰੂਟਸ ਹੈ ਸਟਰੋਂਗ ਰਹਿਣ ਔਰ ਅੱਗੇ ਇੱਕ ਜਿਹੜੀ ਚਲਦੀ ਰਹੇ ਆਪਣਾ ਕਲਚਰ, ਰਿਲੀਜਨ, ਸੰਸਕਾਰ, ਜਿਹੜੇ ਕਿ ਐਥਿਕਸ ਔਰ ਵੈਲਿਊਜ਼ ਹੈਗੀਆਂ ਉਹ ਚਲਦੀਆਂ ਰਹਿਣ।
ਪਰ ਕਲਚਰਲੀ ਐਕਸੈਪਟੈਂਸ ਜਿਹੜੀ ਯੰਗਰ ਜਨਰੇਸ਼ਨ ਦੀ ਹੈ ਜਿਹੜਾ ਉਹਨਾਂ ਵਾਸਤੇ ਬਿਲਕੁਲ ਰਾਈਟ ਹੈ, ਉਹ ਸਾਡੇ ਵਾਸਤੇ ਵੀ ਰਾਈਟ ਕਿਵੇਂ ਹੋਏ, ਇਸ ਚੀਜ਼ ਦਾ ਜਿਹੜਾ ਬ੍ਰਿਜ ਹੋਣਾ ਉਹ ਬੜਾ ਜ਼ਰੂਰੀ ਹੈ। ਸੋ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਡਿਫਰੈਂਟ ਜਨਰੇਸ਼ਨਸ ਬੈਠ ਕੇ ਇਕੱਠੇ ਗੱਲ ਕਰਦੇ ਨੇ। ਸੋ ਅੱਜ ਮੈਂ ਹੋਪ ਕਰ ਰਹੀ ਹਾਂ, ਇੱਕ ਬੜੀ ਯੰਗ ਕੁੜੀ ਦੀ ਸਾਨੂੰ ਈਮੇਲ ਆਈ ਹੈ, ਉਹਦੇ ਨਾਲ ਗੱਲ ਵੀ ਹੋਈ ਹੈ, ਐਂਡ ਸ਼ੀ ਇਜ਼ ਵੈਰੀ ਵਰਿਡ। ਆਪਣਾ ਸ਼ੇਅਰ ਕਰ ਰਹੀ ਹੈ ਕਿ ਉਹਨਾਂ ਦੇ ਫਾਦਰ ਬਹੁਤ ਸਟ੍ਰਿਕਟ ਨੇ, ਕਹਿੰਦੇ ਕਿ ਸ਼ੁਰੂ ਤੋਂ ਬੜੇ ਸਟ੍ਰਿਕਟ ਸੀ, ਹਰ ਚੀਜ਼ ਕਰਦੇ ਨੇ, ਬਹੁਤ ਅੱਛੇ ਨੇ, ਕਦੀ ਕੋਈ ਇੰਜ ਨਹੀਂ ਹੈ ਕਿ ਯੂ ਨੋ ਅਗਰੈਸਿਵ ਨੇ ਜਾਂ ਕੁਛ ਹੈ, ਪਰ ਉਹਨਾਂ ਦਾ ਡਰ ਬੜਾ ਘਰ 'ਚ। ਸੋ ਆਪ ਸ਼ੇਅਰ ਕਰ ਰਹੀ ਹੈ ਕਿ ਜਦੋਂ ਵੱਡੀ ਹੋ ਗਈ, ਕਹਿੰਦੀ ਛੋਟੀ ਹੁੰਦੀ ਮੈਂ ਬਹੁਤ ਡਰਦੀ ਸੀ, ਕਿਉਂਕਿ ਮੈਨੂੰ ਇਹ ਦਿਖਦਾ ਸੀ ਕਿ ਮੇਰੀ ਮਦਰ ਬੜੀ ਡਰਦੀ ਹੈ, ਉਹ ਜਿਹੜੀ ਚੀਜ਼ ਕਰਦੀ ਸੀ ਨਾ ਉਹ ਫਾਦਰ ਤੋਂ ਪੁੱਛੇ ਬਿਨਾਂ ਕਰਦੀ ਸੀ, ਛੁਪਾ ਕੇ ਕਰਦੀ ਸੀ। ਕਈ ਵਾਰੀ ਕੋਈ ਚੀਜ਼ਾਂ ਲੈ ਕੇ ਆ ਜਾਣੀਆਂ ਤਾਂ ਛੁਪਾਉਣੀਆਂ, ਜੇ ਕੋਈ ਘਰ ਆ ਗਿਆ ਅਤੇ ਮਤਲਬ ਉਹਨਾਂ ਦੇ ਪੇਰੈਂਟਸ ਦੇ ਘਰੋਂ ਆ ਗਿਆ, ਲਾਈਕ ਪੇਕਿਓ ਜਾਂ ਕੋਈ ਰਿਸ਼ਤੇਦਾਰ ਹੈ ਕੁਛ ਹੈ। ਮੇਰੇ ਫਾਦਰ ਨੇ ਕਦੇ ਕਿਹਾ ਕੁਛ ਨਹੀਂ, ਪਰ ਪਤਾ ਨਹੀਂ ਮਦਰ ਨੂੰ ਜ਼ਿਆਦਾ ਪਤਾ ਹੋਣਾ ਕਿ ਉਹ ਕਈ ਵਾਰੀ ਕਹੇਗੀ ਕਿ ਵੀ ਨਹੀਂ ਕੁਛ ਦੱਸਣ ਦੀ ਲੋੜ ਹੀ ਨਹੀਂ, ਸਵੇਰ ਤੋਂ ਸ਼ਾਮ ਤੱਕ ਕੀ ਹੋਇਆ ਕੀ। ਸੋ ਮੈਨੂੰ ਲੱਗਦਾ ਸੀ ਕਿ ਬਹੁਤ ਇਸ ਤਰ੍ਹਾਂ ਦਾ, ਜਿਵੇਂ ਜਿਵੇਂ ਕਹਿੰਦੀ ਮੈਂ ਵੱਡੀ ਹੋਈ, ਇਹ ਨਹੀਂ ਹੋਇਆ ਕਿ ਬਈ ਇੰਨੇ ਸਟ੍ਰਿਕਟ ਹੈ, ਮੇਰੀ ਗੱਲ ਸੁਣਦੇ ਨੇ, ਗੱਲ ਕਰਦੇ ਨੇ, ਪਰ ਓਵਰਆਲ ਡਰ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਨਹੀਂ ਹੈ, ਲੱਗਦਾ ਕਿ ਸੁਣਨਗੇ ਸ਼ਾਇਦ ਓਵਰਆਲ ਯੂ ਨੋ। ਪਰ ਮੇਰਾ ਜਿਹੜਾ ਪਹਿਲਾ ਇੰਪ੍ਰੈਸ਼ਨ ਹੈ ਬਚਪਨ ਦਾ, ਉਹ ਨਹੀਂ ਮੈਂ ਹਟਾ ਸਕਦੀ, ਉਹ ਹੁਣ ਤੱਕ ਕੋਈ ਹੈ ਕਿ ਮੈਨੂੰ ਅੱਖਾਂ ਤੋਂ ਡਰ ਲੱਗਦਾ ਜਦੋਂ ਉਹ ਘਰ ਆ ਜਾਂਦੇ ਨੇ, ਅਤੇ ਮੈਨੂੰ ਲੱਗਦਾ ਕਿ ਬਸ ਹੁਣ ਸਿੱਧੇ ਸਾਧੇ ਹੋ ਕੇ ਬੈਠ ਜਾਓ, ਕੋਈ ਅਸੀਂ ਮਤਲਬ ਹਾਸੀ ਮਜ਼ਾਕ ਨਹੀਂ ਕਰਦੇ। ਜਦਕਿ ਮੇਰਾ ਬ੍ਰਦਰ ਔਰ ਮੇਰੀ ਸਿਸਟਰ ਮੇਰੇ ਤੋਂ ਛੋਟੇ ਨੇ, ਉਹ ਬੜਾ ਖੁੱਲ੍ਹ ਕੇ ਕਰਦੇ ਨੇ, ਉਹਨਾਂ ਨੂੰ ਸੇਮ ਨਹੀਂ ਲੱਗਦੇ ਮੇਰੇ ਫਾਦਰ, ਪਰ ਮੈਨੂੰ ਬਹੁਤ ਸਟ੍ਰਿਕਟ ਲੱਗਦੇ ਨੇ। ਹੁਣ ਜਿਹੜੇ ਦੱਸ ਰਹੇ ਨੇ ਕਿ ਕਹੇ ਕਿ ਮੇਰੀ ਇੱਕ ਬੜੀ ਦੇਰ ਤੋਂ ਮੇਰਾ ਇੱਕ ਫਰੈਂਡ ਸੀਗਾ, ਪਰ ਮੈਂ ਕਦੀ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ, ਪਤਾ ਸੀ ਕਿ ਮੇਰੇ ਘਰ ਜਰਾ ਜਿਹਾ ਵੀ ਕੁਛ ਇਸ ਤਰ੍ਹਾਂ ਦਾ ਅਗਰ ਪਤਾ ਲੱਗ ਗਿਆ ਤਾਂ ਬਹੁਤ ਮੁਸ਼ਕਿਲ ਹੋ ਜਾਏਗੀ। ਪਰ ਓਵਰਆਲ ਇੰਜ ਹੋਇਆ ਕਿ 2 ਸਾਲ ਬਾਅਦ ਉਹਨੇ ਪ੍ਰਪੋਜ਼ ਕੀਤਾ, ਵੱਡੀ ਗੱਲ ਨੂੰ ਛੋਟੇ ਮਤਲਬ ਲੈਟ ਮੀ ਕੱਟ ਇਟ ਸ਼ੋਰਟ, ਬੜੀ ਡਿਟੇਲ 'ਚ ਉਹਨਾਂ ਨੇ ਗੱਲ ਦੱਸੀ, ਪਰ ਇਹ ਕਿ ਮਦਰ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ, ਮਦਰ ਨੇ ਸਾਰਾ ਪਤਾ ਕੀਤਾ ਔਰ ਉਹਨੂੰ ਠੀਕ ਲੱਗਿਆ ਮੁੰਡਾ। ਸਮ ਹਾਓ ਮਦਰ ਨੇ ਇਹਨਾਂ ਦੇ ਫਾਦਰ ਨੂੰ ਕੌਨਫੀਡੈਂਸ ਵਿੱਚ ਲੈ ਲਿਆ, ਅਤੇ ਇਹਨਾਂ ਨੇ ਆਪਸ ਵਿੱਚ ਪੇਰੈਂਟਸ ਨੇ ਗੱਲਾਂ ਕਰ ਲਈਆਂ, ਮੁੰਡੇ ਦੇ ਪੇਰੈਂਟਸ ਕੁੜੀ ਦੇ ਪੇਰੈਂਟਸ, ਅਤੇ ਕੁੜੀ ਮੁੰਡੇ ਨੂੰ ਇੰਗੇਜਮੈਂਟ ਕਰਤੀ। ਕਹਿੰਦੇ ਨੇ ਕਿ ਮੁੰਡਾ ਵੀ ਹਾਲੇ ਸੈਟਲਡ ਨਹੀਂ ਹੈ, ਉਹ ਕਹਿ ਰਿਹਾ ਕਿ ਮੈਂ 2-3 ਸਾਲਾਂ ਬਾਅਦ ਵਿਆਹ ਕਰਾਉਣਾ, ਮੈਂ ਵੀ ਤਿਆਰ ਹਾਂ, ਮੈਂ ਵੀ ਪੜ੍ਹਾਈ ਮੈਂ ਕੀਤੀ ਹੋਈ ਹੈ, ਪਰ ਮੈਂ ਨਾਲ ਨਾਲ ਕਰ ਵੀ ਰਹੀ ਹਾਂ, ਮੈਂ ਜੋਬ ਵੀ ਕਰ ਰਹੀ ਹਾਂ, ਅਤੇ ਮੈਨੂੰ ਵੀ ਕੋਈ ਜਲਦੀ ਨਹੀਂ ਹੈ ਵਿਆਹ ਕਰਨ ਦੀ। ਪਰ ਪੇਰੈਂਟਸ ਵੀ ਕਹਿੰਦੇ ਕਿ ਠੀਕ ਹੈ ਹੁਣ ਇੰਗੇਜ ਕਰਤਾ ਹੈ, ਇੰਗੇਜਮੈਂਟ ਕਰਤੀ ਹੈ, ਪਰ 2 ਸਾਲ ਤੱਕ ਮਿਨੀਮਮ ਅਸੀਂ ਵਿਆਹ ਨਹੀਂ ਕਰਨਾ। ਕਹਿ ਰਹੀ ਪਰ ਉਹ ਥੋੜ੍ਹੇ ਦੇਰ ਹੁਣ ਸਾਨੂੰ 8 ਮਹੀਨੇ ਹੋ ਗਏ ਇੰਗੇਜਮੈਂਟ ਵਾਸਤੇ ਵੀ, ਕਿ ਮੈਨੂੰ ਇੰਨੀ ਪਰੇਸ਼ਾਨੀ ਹੋ ਰਹੀ ਹੈ ਕਿ ਮੁੰਡਾ ਹੁਣ ਇਹ ਨਹੀਂ ਸਮਝ ਰਿਹਾ ਕਿ ਇੰਗੇਜ ਹੋਣ ਦੇ ਬਾਵਜੂਦ ਅਸੀਂ ਮਿਲ ਕਿਉਂ ਨਹੀਂ ਸਕਦੇ, ਅਸੀਂ ਕਿੰਨਾ ਔਫਨ ਅਸੀਂ ਇੱਕੋ ਸ਼ਹਿਰ 'ਚ ਹੈਗੇ ਹਾਂ, ਮਿਲਦੇ ਕਿਉਂ ਨਹੀਂ, ਅਸੀਂ ਜ਼ਿਆਦਾ ਮਿਲੀਏ, ਯੂ ਨੋ ਇਕੱਠੇ ਕਿਤੇ ਜਾਈਏ, ਫਰੈਂਡਸ ਨੂੰ ਪਤਾ ਹੈ ਫਰੈਂਡਸ ਦੇ ਕੋਲ ਜਾਈਏ, ਅਤੇ ਪ੍ਰੋਬਲਮ ਕੀ ਹੈ। ਐਂਡ ਪਿਓ ਜਿਹੜਾ ਉਹ ਕਹਿ ਰਿਹਾ ਕਿ ਬਿਲਕੁਲ ਮਿਲਣਾ ਬਿਲਕੁਲ ਨਹੀਂ ਹੈ। ਸੋ ਕਹਿ ਰਹੀ ਮੈਂ 2 ਉਹਦੇ 'ਚ ਵੰਡੀ ਹੋਈ ਹਾਂ, ਦੋਨਾਂ ਤੋਂ ਮੈਨੂੰ ਡਰ ਲੱਗਦਾ, ਕਿਉਂਕਿ ਅਗਰ ਨਹੀਂ ਮਿਲਦੀ ਫਿਰ ਮੈਂ ਚੋਰੀ ਮਿਲਦੀ ਹਾਂ ਪੇਰੈਂਟਸ ਤੋਂ, ਜੇ ਮਿਲਦੀ ਹਾਂ ਤਾਂ ਮੈਂ ਬਹੁਤ ਅਪਸੈਟ ਹੁੰਦੀ ਹਾਂ, ਗਿਲਟੀ ਫੀਲ ਕਰਦੀ ਹਾਂ, ਐਂਸ਼ੀਅਸ ਰਹਿੰਦੀ ਹਾਂ ਹਰ ਵੇਲੇ ਕਿ ਪਤਾ ਲੱਗਿਆ ਤਾਂ ਮੇਰਾ ਕੀ ਹੋਏਗਾ, ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ, ਔਰ ਰਾਤ ਨੂੰ ਬੜੇ ਨਾਈਟਮੇਅਰਸ ਆਉਣੇ ਸ਼ੁਰੂ ਹੋ ਗਏ ਹੈ। ਸੋ ਹੈਲਥ 'ਤੇ ਕਾਫੀ ਇੰਝ ਲੱਗਦਾ ਹੈ, ਜਿਸ ਤਰ੍ਹਾਂ ਜੋ ਡਿਟੇਲਸ ਉਹ ਦੱਸ ਰਹੇ ਸੀ ਉਹਦੇ 'ਤੇ ਫਰਕ ਪੈ ਰਿਹਾ ਉਹਨਾਂ ਨੂੰ, ਔਰ ਕਿ ਜੇ ਮੈਂ ਨਹੀਂ ਮਿਲਦੀ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਸਾਰੇ ਕੀ ਕਹਿ ਰਹੇ ਹੈ ਇਸ ਕੁੜੀ ਨੂੰ। ਆਈ ਨੋ 2 ਇਨਸਾਨਾਂ ਦੇ ਵਿੱਚ ਫਸੀ ਹੋਈ ਹੈ, ਡੂ ਯੂ ਥਿੰਕ ਜਸਟ ਉਹਨਾਂ ਦੇ ਵਿੱਚ ਫਸੀ ਹੈ ਜਾਂ ਕਿਸ ਵਿੱਚ ਫਸੀ ਹੋਈ ਹੈ, ਕੀ ਕੌਨਫਲਿਕਟ ਹੈ ਇਸ ਵੇਲੇ, ਇਜ਼ ਇਟ ਐਕਸਟਰਨਲ ਇੰਟਰਨਲ, ਹਾਊ ਵਿਲ ਯੂ ਸੀ ਇਟ, ਪਲੀਜ਼ ਡੂ ਜੁਆਇਨ ਅਸ, ਲੈਟਸ ਸੀ ਕੀ ਕਹਿ ਰਹੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਅਮਨ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜਸਪ੍ਰੀਤ, ਦੱਸੋ ਕੀ ਕਹਿੰਦੇ ਹੋ ਅੱਜ? ਮੈਂ ਕਹਾਂਗੀ ਭੈਣ ਜੀ, ਹੋਰ ਵੀ ਬੜੇ ਬੱਚੇ ਸਿਚੁਏਸ਼ਨ ਹੋਣਗੇ, ਤੁਸੀਂ ਠੀਕ ਕਹਿੰਦੇ ਹੋ, ਕਲਚਰਲ ਗੈਪ ਹੈਗਾ,
ਤੇ ਮੈਂ ਇਸ ਕੁੜੀ ਨੂੰ ਕਵਾਂਗੀ ਜਦੋਂ ਠੀਕ ਲੱਗਿਆ ਨਾ ਠੀਕ ਟਾਈਮ ਇਹ ਬੈਠ ਕੇ ਨਾ ਦੋਨੋਂ ਆਪਣੇ ਮੰਮੀ ਡੈਡੀ ਨਾਲ ਗੱਲ ਕਰੇ ਜਦੋਂ ਇਹਦੇ ਭੈਣ ਭਾਈ ਨੀ ਹੈਗੇ ਉੱਥੇ ਤੇ ਕੱਲਿਆ ਨਾਲ ਗੱਲ ਕਰੇ ਤੇ ਸਾਰਾ ਆਪਣਾ ਦੱਸੇ ਕੀ ਏਦਾਂ ਇਹਦਾ ਇਫੈਕਟ ਹੋ ਰਿਹਾ ਕੀ ਇਹਨੂੰ ਮਹਿਸੂਸ ਹੋ ਰਿਹਾ ਰਾਈਟ ਤੇ ਪੁੱਛੇ ਡੈਡੀ ਨੂੰ ਬਈ ਕੀ ਤੁਹਾਡੇ ਕਿਉਂ ਨੀ ਮੈਂ ਉਹਨੂੰ ਮਿਲ ਸਕਦੀ ਹੈਗੀ ਕੀ ਤੁਹਾਡੇ ਡਰ ਹੈਗੇ ਆ ਕੀ ਤੁਹਾਡੇ ਕੰਸਰਨਸ ਹੈਗੇ ਆ ਤੇ ਆਈ ਥਿੰਕ ਜਿਸ ਤਰ੍ਹਾਂ ਉਹ ਕਹਿੰਦੇ ਆ ਫੇਰ ਨਾ ਇਹ ਬਾਉਂਡਰੀਜ ਥੋੜੀਆਂ ਸੈੱਟ ਕਰਨੀਆਂ ਤੇ ਟਰਸਟ ਕਰਨਾ ਪਏਗਾ ਤੇ ਜਿਸ ਤਰ੍ਹਾਂ ਉਹ ਕਹਿੰਦੇ ਆ ਨਾ ਸ਼ੀ ਹੈਜ਼ ਟੂ ਮੀਟ ਦੈਮ ਇਨ ਦ ਮਿਡਲ ਤੇ ਜੇ ਡੈਡੀ ਥੋੜਾ ਜਿਹਾ ਯੂ ਨੋ ਠੀਕ ਆ ਆਪਣਾ ਦੱਸਣ ਕਿੱਥੇ ਜਾ ਰਿਹਾ ਕੀ ਕਰ ਰਿਹਾ ਤੇ ਜਿਸ ਤਰ੍ਹਾਂ ਉਹ ਡੈਡੀ ਮੈਂ ਵੀ ਥੋੜੇ ਰੂਲਸ ਚਾਹੁੰਦੇ ਆ ਥੋੜੇ ਬਾਉਂਡਰੀਜ ਜੇ ਇਸ ਤਰ੍ਹਾਂ ਅਗਰੀਮੈਂਟ ਹੋ ਸਕਦਾ ਨਾ ਤੇ ਦੈਟ ਵੁੱਡ ਬੀ ਬੈਸਟ ਕਿਉਂਕਿ ਫੇਰ ਜੇ ਵੀ ਚੱਲ ਚਲੋ ਕੋਈ ਠੀਕ ਨਹੀਂ ਲੱਗ ਰਿਹਾ ਕੁਛ ਟਾਈਮ ਬਾਅਦ ਬੈਠ ਕੇ ਫੇਰ ਸਾਰੇ ਗੱਲ ਕਰ ਸਕਦੇ ਆ ਪਰ ਕਲੀਅਰਲੀ ਨਾ ਉਹ ਰਾਈਟ ਨਾਓ ਕਮਿਊਨੀਕੇਸ਼ਨ ਇਹ ਕਿਉਂਕਿ ਫਸੀ ਹੋਈ ਹੈ ਦੋਨਾਂ ਚ ਤੇ ਜੇ ਮੰਗਣੀ ਹੋ ਗਈ ਪਹਿਲਾਂ ਵੱਡਾ ਸਟੈਪ ਲੈ ਲਿਆ ਹੈਗਾ ਤੇ ਸਾਰਿਆਂ ਨੂੰ ਪਤਾ ਹੈਗਾ ਤੇ ਬਈ ਫੇਰ ਕੀ ਹੈਗਾ ਉਹ ਮਿਲਣਾ ਚਾਹੁੰਦੀ ਆ ਮੁੰਡੇ ਨੂੰ ਜਾਣ ਪਛਾਣ ਤੇ ਆਪਣਾ ਮਿਹਨਤ ਕਰ ਰਹੇ ਆ ਆਪਣਾ ਜੋਬ ਕਰ ਰਹੇ ਆ ਪੜ੍ਹਾਈ ਕਰ ਰਹੇ ਆ ਜੋ ਵੀ ਕਰ ਰਹੇ ਆ ਤੇ ਜੇ ਉਹ ਸਭ ਠੀਕ ਚੱਲ ਰਿਹਾ ਤੇ ਦਿਸ ਸ਼ੁਡ ਨਾਟ ਬੀ ਅ ਪ੍ਰੋਬਲਮ ਜੀ ਸੋ ਜਿਹਦੇ ਕੋਲ ਜਿਹੜੇ ਵੀ ਕੰਸਰਨਸ ਹੈਗੇ ਆ ਠੀਕ ਹੈ ਬਹੁਤ ਵਧੀਆ ਜਸਪ੍ਰੀਤ ਡਿਊਰਿੰਗ ਕੁਛ ਹੋਰ ਵੀ ਧਿਆਨ ਆਏ ਜ਼ਰੂਰ ਦੱਸੋ ਲੈਟਸ ਸੀ ਇਹ ਕੀ ਕਹਿ ਰਹੇ ਨੇ ਹੈਲੋ ਹੈਲੋ ਰਿਮ ਹਾਂਜੀ ਹਾਂਜੀ ਸੁਦਰਸ਼ਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਿਲਕੁਲ ਠੀਕ ਦੱਸੋ ਕੀ ਕਹਿੰਦੇ ਹੋ ਮੈਂ ਕਹਿੰਦੀ ਹਾਂ ਕਿ ਜੋ ਲੜਕੀ ਦੇ ਮਨ ਚ ਜਿਹੜਾ ਡਰ ਹੈ ਉਹ ਸ਼ਾਇਦ ਉਹਦੀ ਮਾਂ ਤੋਂ ਮਿਲਿਆ ਉਹਨੂੰ ਵਿਰਾਸਤ ਚ ਮਿਲਿਆ ਉਹ ਦੇਖਦੇ ਰਹੀਏ ਆਪਣੀ ਮਾਂ ਨੂੰ ਡਰਦੇ ਆ ਚੀਜ਼ਾਂ ਚ ਪਾਉਂਦੇ ਆ ਤੇ ਉਸ ਚੀਜ਼ ਦਾ ਉਹਦਾ ਬੱਚਾ ਉਹਦੇ ਤੇ ਅਸਰ ਹੋ ਜਾਂਦਾ ਤੇ ਉਹ ਖੁੱਲ ਕੇ ਗੱਲ ਨਹੀਂ ਕਰ ਪਾਉਂਦੀ ਹਾਂਜੀ ਆਪਣੇ ਫਾਦਰ ਨਾਲ ਬਿਲਕੁਲ ਬਿਲਕੁਲ ਚੀਜ਼ ਹੈ ਜੋ ਮੇਰੀ ਸਮਝ ਚ ਆਇਆ ਤੇ ਹੁਣ ਆਪਣੀ ਮਾਂ ਨੂੰ ਕਵੇ ਇਹਦੇ ਫਾਦਰ ਨੂੰ ਪਤਾ ਕਿ ਇਹ ਲੜਕਾ ਇਹਨੂੰ ਪਸੰਦ ਸੀ ਔਰ ਅਸੀਂ ਮੰਗਣੀ ਕੀਤੀ ਹਾਂਜੀ ਠੀਕ ਹੈ ਤੇ ਆਪਣੀ ਮਾਂ ਨੂੰ ਕਵੇ ਕਿ ਬਹੁਤ ਲੰਬਾ ਟਾਈਮ ਹੈ ਮੰਗਣੀ ਦੇ ਵਿੱਚ ਤੇ ਉਹ ਲੜਕਾ ਨਾਰਾਜ਼ ਹੋ ਸਕਦਾ ਮੇਰੇ ਨਾਲ ਮਿਲਣ ਤੋਂ ਤੇ ਰਿਸ਼ਤਾ ਵੀ ਖਤਮ ਹੋ ਸਕਦਾ ਤੇ ਉਹਦੀ ਮਾਂ ਨੂੰ ਕੌਨਫੀਡੈਂਸ ਲੈ ਕੇ ਆਪਣੇ ਫਾਦਰ ਨਾਲ ਗੱਲ ਕਰਵਾਵੇ ਔਰ ਉਹਨਾਂ ਕੋਲ ਇਜਾਜ਼ਤ ਲਵੇ ਮਿਲਣ 'ਚ ਕੋਈ ਦਿੱਕਤ ਨਹੀਂ ਹੈ ਔਰ ਉਹਨੂੰ ਡਰੇ ਨਹੀਂ ਅਗਰ ਉਹ ਨਹੀਂ ਤਾਂ ਆਪਣੇ ਆਪ ਹੀ ਗੱਲ ਕਰ ਸਕਦੀ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਰਿਸ਼ਤਾ ਖਤਮ ਹੀ ਹੋ ਜਾਏ ਤੇ ਜੇ ਲੰਬਾ ਟਾਈਮ ਵੈਸੇ ਬਹੁਤ ਲੰਬਾ ਮੰਗਣੀ ਦੇ ਬਾਅਦ ਸੇਮ ਟਾਊਨ ਵਿੱਚ ਹੈ ਦੂਸਰੇ ਸ਼ਹਿਰ ਚ ਵੀ ਹੁਣ ਤਾਂ ਵੀ ਇੰਨਾ ਲੰਬਾ ਟਾਈਮ ਹੈ ਲੰਬਾ ਟਾਈਮ ਹੈ ਬਹੁਤ ਉਹਦੇ ਵਿੱਚ ਕੁਛ ਵੀ ਚੀਜ਼ਾਂ ਹੋ ਸਕਦੀਆਂ ਨੇ ਇਤਨੀ ਲੰਬੀ ਮੰਗਣੀ ਰੱਖਣੀ ਨਹੀਂ ਚਾਹੀਦੀ ਉਹਦੀ ਮਦਰ ਹੀ ਉਹਨੂੰ ਇਸ ਤਰ੍ਹਾਂ ਜਾਂ ਤੇ ਉਹ ਲੜਕੇ ਨੂੰ ਕਵੇ ਕਿ ਮੇਰੇ ਮੇਰੇ ਜਿਹੜਾ ਟਾਈਮ ਹੈ ਉਹ ਤੋਂ ਥੋੜਾ ਘੱਟ ਕਰ ਉਹੀ ਹੋ ਨਾ ਸੈਟਲਡ ਹੈਗੇ ਨਹੀਂ ਤੇ ਉਹਨਾਂ ਨੇ ਮੰਗਤੀ ਹੈ ਪਰ ਨਾਲ ਹੀ ਹੁਣੇ ਇਹ ਵੀ ਆਇਆ ਕਿ ਮੰਗੀ ਕੋਈ ਇੰਗੇਜਮੈਂਟ ਸੈਰੇਮਨੀ ਨਹੀਂ ਕੀਤੀ ਉਹਨਾਂ ਨੇ ਬਟ ਅਨਾਉਂਸ ਕਰਤਾ ਹੈ ਜਿਵੇਂ ਅਸੀਂ ਰੋਕਾ ਕਹਿ ਲੋ ਜਾਂ ਮਤਲਬ ਮੰਗੀ ਗਈ ਉਹਨੂੰ ਮੰਨ ਰਹੇ ਹਾਂ ਕਿ ਮੰਗੀ ਗਈ ਹਾਂਜੀ ਆਪਸ ਪੇਰੈਂਟਸ ਨੇ ਗੱਲ ਕਰ ਲਈ ਹੈ ਮਦਰ ਨੂੰ ਕਵੇ ਕਿ ਫਾਦਰ ਨਾਲ ਗੱਲ ਕਰਨ ਅਗਰ ਉਹਨੂੰ ਨਾ ਆਪਣੋ ਨੂੰ ਡਰ ਲੱਗਦਾ ਤੇ ਕੋਈ ਬੱਚਿਆਂ ਨੂੰ ਮਿਲਣ ਦਿਓ ਨਹੀਂ ਤਾਂ ਉਹਦੀ ਮਦਰ ਕਨਵਿੰਸ ਕਰੇ ਆਪਣੇ ਹਸਬੰਡ ਨੂੰ ਕਿ ਐਵੇਂ ਰਿਸ਼ਤਾ ਕਿਉਂ ਹੱਥੋਂ ਅਸੀਂ ਗਵਾਈਏ ਤੇ ਇਹਨਾਂ ਨੂੰ ਮਿਲਣ ਦਿਓ ਕੋਈ ਗੱਲ ਨਹੀਂ ਠੀਕ ਹੈ ਬਾਕੀ ਦੇਖੋ ਕੀ ਕਹਿੰਦੇ ਨੇ ਠੀਕ ਹੈ ਸੁਦਰਸ਼ਨ ਜੀ ਥੈਂਕ ਯੂ ਸੋ ਮਚ ਲੈਟਸ ਸੀ ਹੋਰ ਸਾਰੇ ਕੀ ਕਹਿੰਦੇ ਨੇ ਕਿਉਂਕਿ ਇਹ ਮਤਲਬ ਉਹੀ ਜਿਵੇਂ ਜਸਪ੍ਰੀਤ ਨੇ ਕਿਹਾ ਕਿ ਹੋ ਸਕਦਾ ਹੋਰ ਵੀ ਬੱਚੇ ਮੇ ਬੀ ਇੰਨਾ ਨਹੀਂ ਕਿ ਹਾਂ ਐਗਜੈਕਟਲੀ ਸੇਮ ਸਿਚੁਏਸ਼ਨ 'ਚ ਨਾ ਹੋਣ ਬਟ ਸਿਮਿਲਰ ਸਿਚੁਏਸ਼ਨਸ ਹੋਰ ਵੀ ਕੁੜੀਆਂ ਹੋ ਸਕਦੀਆਂ ਨੇ ਕਿਉਂਕਿ ਉਹੀ ਜਿਵੇਂ ਧਿਆਨ ਵਿੱਚ ਆ ਰਿਹਾ ਕਿ ਜਨਰੇਸ਼ਨਲੀ ਅਸੀਂ ਕੀ ਐਕਸਪੈਕਟ ਕਰਦੇ ਹਾਂ ਕੁੜੀਆਂ ਤੋਂ ਬੱਚਿਆਂ ਤੋਂ ਕੀ ਐਕਸਪੈਕਟ ਕਰਦੇ ਹਾਂ ਫਿਰ ਰੂਲਸ ਐਂਡ ਰੈਗੂਲੇਸ਼ਨਸ ਕੀ ਹੈ ਤੁਸੀਂ ਮੰਗੇ ਹੋਏ ਹੋ ਤਾਂ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਯੂ ਨੋ ਉਹ ਕੀ ਪਹਿਲੇ ਸੀਗਾ ਅਤੇ ਕੀ ਹੁਣ ਇਹਦੇ ਵਿੱਚ ਬਹੁਤ ਅੰਤਰ ਆ ਗਿਆ ਬਹੁਤ ਡਿਫਰੈਂਸ ਆ ਗਿਆ ਜੋ ਚਲਨ ਹੈ ਜੋ ਹੈ ਤਾਂ ਕੀ ਡਿਫਰੈਂਸ ਮਤਲਬ ਜੋ ਕਲਚਰਲੀ ਅਪਰੂਵਡ ਹੈ ਸਾਰੀ ਦੁਨੀਆ ਜੋ ਕਰ ਰਹੀ ਹੈ ਯੂ ਨੋ ਰਾਈਟ ਐਂਡ ਰੋਂਗ ਕੋਈ ਵੀ ਨਹੀਂ ਹੁੰਦਾ ਅਸੀਂ ਅਕਸਰ ਇਹੀ ਜ਼ਿਕਰ ਕਰੀਦਾ ਕਿ ਰਾਈਟ ਐਂਡ ਰੋਂਗ ਕੁਛ ਨਹੀਂ ਹੈ ਬਟ ਐਟਲੀਸਟ
ਇਹ ਜ਼ਰੂਰ ਹੈ ਕਿ ਸੋਸ਼ਲੀ ਅਪਰੂਵਡ ਕੀ ਹੈ, ਅੱਜ ਕੱਲ੍ਹ ਕੀ ਚੱਲਣ ਹੈ, ਸਾਰੀ ਦੁਨੀਆ ਕਰ ਰਹੀ ਹੈ, ਸੋ ਸੋਸ਼ਲੀ ਐਕਸੈਪਟੇਬਲ ਹੈ, ਉਹਦੇ ਵਿੱਚ ਕਾਫੀ ਡਿਫਰੈਂਸ ਹੈ। ਸੋ ਬਹੁਤ ਜ਼ਰੂਰੀ ਹੈ ਕਿ ਬੈਠ ਕੇ ਗੱਲ ਕਰੇ। ਔਰ ਸੁਦਰਸ਼ਨ ਜੀ ਨੇ ਜਿਸ ਤਰ੍ਹਾਂ ਠੀਕ ਪਹੁੰਚਾਇਆ ਕਿ ਡਰ ਜਿਹੜਾ ਹੈ ਨਾ ਉਹ ਅੱਗੋਂ ਮਿਲਿਆ, ਮਾਂ ਨੂੰ ਡਰਦਿਆਂ ਦੇਖਿਆ, ਕਿਉਂਕਿ ਇਹਦੇ ਭੈਣ ਭਰਾ ਉਨਾ ਨਹੀਂ ਡਰਦੇ, ਉਹ ਖੁੱਲ੍ਹ ਕੇ ਗੱਲ ਵੀ ਕਰ ਲੈਂਦੇ ਨੇ, ਜਵਾਬ ਦੇ ਕੇ ਆਪਣੀ ਗੱਲ ਕਹਿ ਵੀ ਲੈਂਦੇ ਨੇ, ਪਰ ਇਹ ਉਹ ਨਹੀਂ ਕਰ ਸਕਦੀ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਵਿੰਦ ਜੀ, ਮੈਂ ਗੁਰਦੀਪ ਬੋਲਦਾ ਜੀ। ਹਾਂਜੀ ਗੁਰਦੀਪ ਜੀ, ਦੱਸੋ। ਏਦਾਂ ਜੀ, ਬਾਪੂ ਜੀ ਦਾ ਡਰਨਾ ਸਹੀ ਆ, ਕਿਉਂਕਿ ਅੱਗ ਦੇ ਲਾਗੇ ਜਾਣ ਨਾਲ ਘਿਓ ਤੜ ਵੀ ਸਕਦਾ, ਸੋ ਗਲਤ ਕੰਮ ਹੋਣ ਦੇ ਚਾਂਸਸ ਵੱਧ ਜਾਂਦੇ ਆ। ਅੱਛਾ, ਜੋ ਤੁਸੀਂ ਜ਼ਿਆਦਾ ਮਿਲਦੇ ਜੁਲਦੇ ਆ, ਤੋ ਉਹ ਬਾਪੂ ਜੀ ਵੀ ਆਪਣੀ ਜਗ੍ਹਾ ਠੀਕ ਹੈ, ਕਿਉਂਕਿ ਇਹ ਫਿਰ ਮਤਲਬ ਕੋਈ ਗਲਤ ਕੰਮ ਸਟੈਪ ਚੱਕਿਆ ਜਾਏ ਤਾਂ ਉਹ ਨਾ ਤਾਂ ਧਰਮ ਤੇ ਹੀ ਪ੍ਰਵਾਨ ਹੈ ਤੇ ਨਾ ਸਮਾਜ ਵਿੱਚ ਹੀ ਪ੍ਰਵਾਨ ਹੁੰਦਾ ਹੈ। ਹਾਂਜੀ ਗੁਰਦੀਪ ਜੀ, ਪਰ ਅੱਜ ਕੱਲ ਬੱਚੇ ਮਿਲਦੇ ਨੇ ਤੇ ਆਪਸ ਚ ਉਹਨਾਂ ਨੂੰ ਸਮਝ ਆਉਂਦੀ ਹੈ, ਜਾਂ ਹੁਣ ਇੰਗੇਜਮੈਂਟ ਹੋਈ ਹੋਈ ਹੈ ਤੇ ਦੁਨੀਆ ਮਿਲਦੀ ਹੈ, ਆਪਸ ਮੁੰਡਾ ਕੁੜੀ ਮਿਲਦੇ ਆ, ਉਹਨਾਂ ਨੂੰ ਪਤਾ ਹੈ ਕਿ ਸਾਡੀ ਕੀ ਸੀਮਾ ਹੈ ਕੀ ਨਹੀਂ ਹੈ। ਸੁਭਾਅ ਵੀ ਦੇਖਣਾ ਨਾ, ਉਹ ਦੇਖੋ ਕਿਹੜੇ ਮਾਹੌਲ ਦੇ ਵਿੱਚ ਉਹਨੂੰ ਡਰ ਹੈ। ਬਿਲਕੁਲ, ਤੇ ਇਸ ਕਰਕੇ ਬਾਪੂ ਦਾ ਬਦਲ ਕੋਈ ਨਹੀਂ ਹੈ ਮੇਰੇ ਹਿਸਾਬ ਨਾਲ, ਆਪਣਾ ਆਪਣਾ ਵਿਊ ਹੈ। ਬਾਪੂ ਦਾ ਬਦਲ ਕੋਈ ਨਹੀਂ ਹੈ, ਮੁੰਡੇ ਦਾ ਬਦਲ ਹੈ। ਮੁੰਡੇ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕਰੇ, ਈਮੇਲ ਵਗੈਰਾ ਭੇਜਿਆ ਕਰੇ, ਪਰਸਨਲੀ ਨਾ ਮਿਲੇ ਤੇ ਬਾਪੂ ਨਹੀਂ ਚਾਹੁੰਦਾ ਤੇ ਜੇ ਮੁੰਡਾ ਨਹੀਂ ਮੰਨਦਾ ਇਹਦਾ ਮਤਲਬ ਫਿਰ ਮੁੰਡੇ ਨੂੰ ਵੀ ਸਮਝਣਾ ਚਾਹੀਦਾ ਮੇਰੇ ਹਿਸਾਬ ਨਾਲ। ਫਿਰ ਬਾਏ ਬਾਏ, ਮੁੰਡੇ ਦਾ ਬਦਲ ਹੈ, ਬਾਪੂ ਦਾ ਬਦਲ ਕੋਈ ਨਹੀਂ ਹੈ। ਥੈਂਕ ਯੂ ਜੀ। ਠੀਕ ਹੈ, ਥੈਂਕ ਯੂ ਸੋ ਮਚ ਜੀ। ਸੋ ਗੁਰਦੀਪ ਜੀ ਦੇ ਹਿਸਾਬ ਨਾਲ ਕਿ ਪਿਓ ਨੇ ਤਾਂ ਹੁਣ ਕੀ ਬਦਲਣਾ, ਉਹ ਜਿਸ ਸਮਾਜ 'ਚੋਂ ਹੈ, ਜਿਸ ਤਰ੍ਹਾਂ ਉਹ ਇੰਨਾ ਯੂਨੋ ਉਹਦੀ ਉਮਰ ਹੋ ਗਈ ਹੈ, ਪੱਕੀਆਂ ਹੋ ਗਈਆਂ ਗੱਲਾਂ, ਉਹਨੇ ਨਹੀਂ ਬਦਲਣਾ। ਬਟ ਮੁੰਡੇ ਨੂੰ ਸਮਝਾਇਆ ਜਾ ਸਕਦਾ ਔਰ ਮੁੰਡੇ ਨੂੰ ਸਮਝਣਾ ਵੀ ਚਾਹੀਦਾ, ਵਿਚ ਵੀ ਆਲ ਐਗਰੀ ਕਿ ਹਾਂ, ਇੱਕ ਜਿਹੜਾ ਲਾਈਫ ਪਾਰਟਨਰ ਹੈ ਉਹਨੂੰ ਸਮਝਣਾ ਚਾਹੀਦਾ ਵੀ ਸੁਭਾਅ ਕਿਹੋ ਜਿਹਾ, ਹਾਲੇ ਤੱਕ ਉਹ ਆਪਣੇ ਘਰ ਹੈ, ਸੋ ਯੂਨੋ ਉਹਨੂੰ ਇਹ ਆਪਣੇ ਪਿਓ ਦੀ ਗੱਲ ਸੁਣਨੀ ਹੈ, ਸੋ ਉਹਨੂੰ ਇੱਕ ਸਮਝਣਾ ਤਾਂ ਜ਼ਰੂਰ ਚਾਹੀਦਾ ਕਿ ਹਾਂ ਇਹ ਕਿਸ ਸਿਚੁਏਸ਼ਨ 'ਚ, ਉਹਨੂੰ ਗੁੱਸਾ ਹੋਣਾ, ਯੂਨੋ ਪਿਆਰ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਿਸ ਕਰਦੇ ਹੋ, ਮਿਲਣਾ ਚਾਹੁੰਦੇ ਹੋ ਔਰ ਮਿਲਣ ਦੇ ਉਤਾਵਲੇ ਹੋ, ਉਹ ਸਮਝ ਆਉਂਦੀ ਹੈ, ਪਰ ਇਸ ਪਿੱਛੇ ਗੁੱਸੇ ਹੋਣਾ ਕਿ ਤੂੰ ਮੈਨੂੰ ਕਿਉਂ ਨਹੀਂ ਮਿਲ ਰਹੀ, ਔਰ ਨਾ ਸਮਝਣਾ ਕਿ ਹਾਂ ਤੂੰ ਇਸ ਪਿੱਛੇ ਨਹੀਂ ਮਿਲ ਰਹੀ ਕਿਉਂਕਿ ਤੇਰਾ ਪਿਓ ਨਹੀਂ ਚਾਹੁੰਦਾ, ਉਹ ਥੋੜ੍ਹਾ ਜਿਹਾ ਅੱਜ ਕੱਲ੍ਹ ਵਾਲੀ ਜਨਰੇਸ਼ਨ 'ਚ ਉਹ ਵੀ ਸ਼ਾਇਦ ਨਹੀਂ ਹੈ। ਪੀਪਲ ਕਿਡਸ ਡੂ ਅੰਡਰਸਟੈਂਡ ਈਚ ਅਦਰ ਕਿ ਹਾਂ ਤੁਸੀਂ ਕਿਸ ਚੀਜ਼ ਨਾਲ ਯੂਨੋ ਡੀਲ ਕਰ ਰਹੇ ਹੋ, ਯੂ ਡੀਲਿੰਗ ਵਿਦ ਅ ਫਾਦਰ ਹੂ ਇਜ਼ ਵੈਰੀ ਸਟ੍ਰਿਕਟ। ਤੁਹਾਡੇ ਘਰ ਦੇ ਰੈਗੂਲੇਸ਼ਨਸ ਦੇ ਵਿੱਚ ਇਹ ਚੀਜ਼ ਨਹੀਂ ਹੈ ਕਿ ਤੁਸੀਂ ਇੰਨਾ ਫ੍ਰੀਕੁਐਂਟਲੀ ਮਿਲੋ, ਸੋ ਇਸ ਚੀਜ਼ ਨੂੰ ਅੰਡਰਸਟੈਂਡ ਕਰਨਾ, ਫਿਰ ਵੀ ਇਨਸਪਾਈਟ ਆਫ ਦੈਟ ਤੁਸੀਂ ਮਿਸ ਕਰਨਾ ਔਰ ਮਿਲਣਾ ਚਾਹਣਾ, ਐਗਰੀਡ, ਉਹ ਠੀਕ ਹੈ, ਪਰ ਗੁੱਸਾ ਆਉਣਾ ਮੁੰਡੇ ਨੂੰ ਕਿ ਤੂੰ ਕਿਉਂ ਨਹੀਂ ਮਿਲ ਰਹੀ, ਉਹ ਫਿਰ ਉਹੀ ਗੱਲ ਆ ਗਈ ਕਿ ਜਨਰੇਸ਼ਨ ਡਿਫਰੈਂਟ ਹੋ ਗਈ, ਸਭ ਕੁਝ ਹੋ ਗਿਆ, ਪਰ ਯੂਨੋ ਮੇਲ ਡੋਮੀਨੈਂਸ ਉਹ ਉੱਥੇ ਦੀ ਉੱਥੇ ਹੈ। ਔਰ ਦੂਜੇ ਪਾਸੇ ਜਿਵੇਂ ਜਿਸ ਤਰ੍ਹਾਂ ਸੁਦਰਸ਼ਨ ਜੀ ਨੇ ਕਿਹਾ ਕਿ ਇਹ ਆਪਣੇ ਕਈ ਵਾਰੀ ਆਪਣੇ ਡਰ ਹੀ ਅਸੀਂ ਜਿਹੜੇ ਹੈਗੇ ਆ ਬਾਹਰ ਰਿਫਲੈਕਟ ਕਰਦੇ ਹਾਂ, ਜਦੋਂ ਸੁਸਾਇਟੀ ਨਾਲ ਕਹਿ ਲਓ, ਸਮਾਜ 'ਚ ਕਹਿ ਲਓ, ਰਿਲੇਸ਼ਨਸ਼ਿਪਸ ਵਿੱਚ ਕਹਿ ਲਓ, ਜੋ ਸਾਡਾ ਡਰ ਹੁੰਦਾ ਉਹ ਅਸੀਂ ਰਿਫਲੈਕਟ ਕਰਦੇ ਹਾਂ ਬਾਹਰ, ਅਸੀਂ ਅਟਰੈਕਟ ਵੀ ਉਨਾ ਹੀ ਉਂਝ ਦਾ ਹੀ ਬੰਦਾ ਕਰਦੇ ਹਾਂ ਜਿਸ ਤਰ੍ਹਾਂ ਦਾ ਅਸੀਂ ਯੂਨੋ ਜਿੰਜ ਪਿਓ ਹੈਗਾ ਉਸੇ ਤਰ੍ਹਾਂ ਉਹਨੇ ਬੰਦਾ ਵੀ ਅਟਰੈਕਟ ਕੀਤਾ ਕਿ ਉਹ ਗੁੱਸਾ ਆ ਰਿਹਾ ਉਹਨੂੰ, ਰਾਦਰ ਦੈਨ ਸਮਝਣ ਦੀ ਕੋਸ਼ਿਸ਼ ਐਂਡ ਫਿਰ ਕਰਨਾ ਕਿ ਉਹ ਨੋ ਵਾਈ ਕਾਂਟ ਵੀ ਮੀਟ, ਬਟ ਲਾਈਕ ਹੀ ਇਜ਼ ਗੈਟਿੰਗ ਮੈਡ ਐਟ ਹਰ। ਸੋ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ, ਤੁਸੀਂ ਸਾਰੇ ਆਪਣਾ ਵਿਚਾਰ ਜ਼ਰੂਰ ਲੈ ਕੇ ਆਓ। ਸਾਰਿਆਂ ਦਾ ਫਿਰ ਸਵਾਗਤ ਹੈ, ਲੈਟਸ ਸੀ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਮਨੀ ਬੋਲ ਰਹੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਮਨੀ ਜੀ, ਦੱਸੋ ਕੀ ਕਹਿੰਦੇ ਹੋ। ਮੈਂ ਤਾਂ ਇਹੀ ਕਹਾਂਗੀ ਕਿ ਇਹ ਬੜਾ ਸਪੈਸੀਫਿਕ ਜਿਹਾ ਕੇਸ ਹੈ, ਕਿਉਂਕਿ ਹਰ ਇੱਕ ਦੇ ਨਾਲ ਹੁੰਦਾ ਤਾਂ ਹੈ, ਸਾਨੂੰ ਵੀ ਸਾਡੇ ਪੇਰੈਂਟਸ ਥੋੜ੍ਹਾ ਜਿਹਾ ਤਾਂ ਟੋਕਦੇ ਸੀਗੇ ਕਿ ਘੱਟ ਗੱਲ ਕਰੋ, ਘੱਟ ਮਤਲਬ ਮਿਲੋ, ਪੇਰੈਂਟਸ ਦਾ ਤਾਂ ਪਤਾ ਹੀ ਹੈ ਸਾਨੂੰ ਫਿਕਰ ਹੁੰਦਾ ਕਿ ਟੁੱਟ ਨਾ ਜਾਏ, ਉਹਨਾਂ ਦਾ ਤਾਂ ਮੇਨ ਇਹੀ ਫਿਕਰ ਹੁੰਦਾ। ਪਰ ਮਤਲਬ ਹੁਣ ਮੈਨੂੰ ਤਾਂ ਲੱਗਦਾ ਅਸੀਂ ਇੱਕੋ ਹੀ ਕੰਟਰੀ 'ਚ ਅਲੱਗ ਅਲੱਗ ਟਾਈਮ 'ਚ ਰਹਿ ਰਹੇ ਹਾਂ। ਤੇ ਇਹ ਕੁਛ ਫਾਦਰ ਦਾ ਫੀਅਰ ਹੈ ਤੇ ਉਹ ਹਸਬੈਂਡ
ਜੋ ਤੁਸੀਂ ਆਪਣੇ ਫਾਦਰ ਚ ਦੇਖਦੇ ਹੋ ਨਾ, ਉਸ ਤਰ੍ਹਾਂ ਹੀ ਆਪਣੇ ਹਸਬੈਂਡ ਚ ਵੀ ਤੁਹਾਨੂੰ ਮਤਲਬ ਉਹੀ ਚੀਜ਼ਾਂ ਤੁਹਾਨੂੰ ਵਾਅਦਾ ਕਰਦੇ ਆ, ਅਗਰ ਡਰਦੀ ਹੈ ਤਾਂ ਹਸਬੈਂਡ ਤੋਂ ਵੀ ਡਰੇਗੀ, ਚਾਹੇ ਇਹ ਹੋਏ ਚਾਹੇ ਕੋਈ ਹੋਰ ਹੋਏ। ਬਟ ਹੈਰਾਨੀ ਦੀ ਗੱਲ ਤੁਹਾਨੂੰ ਲੱਗ ਰਹੀ ਹੈ ਜਿਹੜੀ ਕਿ ਦੂਸਰੇ ਸਾਰਿਆਂ ਨੂੰ ਲੱਗਦਾ ਹੋਣਾ ਕਿ, ਔਰ ਬਹੁਤ ਸਾਰੇ ਕੇਸਿਸ ਨੇੜੇ ਤੇੜੇ ਦੇ ਆਉਂਦੇ ਕਿ ਪੇਰੈਂਟਸ ਅਨਬਿਲੀਵੇਬਲੀ ਕੰਟਰੋਲ ਕਰ ਰਹੇ ਹੁੰਦੇ ਆ, ਜਿਹੜਾ ਪਤਾ ਲੱਗ ਜਾਏ ਨਾ। ਆਈ ਹੈਵ ਕੇਸਿਸ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਕਿਸੇ ਨੂੰ ਲਾਈਕ ਕਰ ਰਹੀ ਹੈ ਔਰ ਮੁੰਡਾ ਵੀ ਉਹਨੂੰ ਲਾਈਕ ਕਰਦਾ, ਇਮੀਡੀਏਟਲੀ ਪੜ੍ਹਾਈ ਰੁਕਾ ਕੇ ਉਹਨਾਂ ਨੇ ਕਿਤੇ ਹੋਰ ਵਿਆਹ ਕਰਤਾ। ਠੀਕ ਸੀ ਮੁੰਡਾ, ਮੁੰਡਾ ਵੀ ਠੀਕ ਸੀ, ਸਾਰਾ ਕੁਛ ਠੀਕ ਸੀ, ਐਵਰੀਥਿੰਗ ਵਾਸ ਫਾਈਨ। ਸੋ ਇਹ ਸਾਡੇ ਪੇਰੈਂਟਸ ਦੀ ਤੇ ਜਿਹੜੀ ਸਾਈਕੋਲੋਜੀ ਹੈ ਨਾ, ਉਹ ਤੇ ਉਹ ਇੰਡੀਆ ਵਾਲੀ ਹੀ ਹੈ। ਇੱਧਰ ਜ਼ਰੂਰ ਆ ਗਏ ਆ, ਮਗਰ ਉਹ ਡਰ, ਉਹ ਸੋਸਾਇਟੀ ਦਾ ਡਰ ਇੰਡੀਆ ਚ ਕੀ ਹੈ, ਉਹ ਜਿੱਦਾਂ ਤੁਸੀਂ ਲਾਸਟ ਵੀਕ ਵੀ ਡਿਸਕਸ ਕੀਤਾ ਸੀਗਾ, ਹੈਵਿੰਗ ਅ ਰਿਲੇਸ਼ਨਸ਼ਿਪ ਇਜ਼ ਅ ਕ੍ਰਾਈਮ, ਆਲਮੋਸਟ ਲਾਈਕ ਅ ਕ੍ਰਾਈਮ। ਮੈਨੂੰ ਯਾਦ ਹੈ ਮੇਰੇ ਹੋਸਟਲ ਚ ਕੁੜੀ ਹੁੰਦੀ ਸੀ, ਉਹਦਾ ਬੋਏਫ੍ਰੈਂਡ ਸੀ ਤੇ ਉਹਨੂੰ ਉਹਦੇ ਪੇਰੈਂਟਸ ਨੂੰ ਪਤਾ ਲੱਗ ਗਿਆ ਤੇ ਉਹ ਮਿਲੇ, ਉਹ ਬੜੀ ਬੋਲਡ ਹੁੰਦੀ ਸੀ। ਇੰਡੀਆ ਚ ਤੇ ਮੈਂ ਦੇਖਿਆ ਜਿਹੜੇ ਬਹੁਤ ਬੋਲਡ ਬੱਚੇ ਹੁੰਦੇ ਨੇ ਉਹੀ ਰਿਲੇਸ਼ਨਸ਼ਿਪ ਰੱਖ ਸਕਦੇ ਹੈ, ਹੋਰ ਕੋਈ ਨਹੀਂ ਰੱਖ ਸਕਦਾ, ਆਮ ਇਨਸਾਨ ਨਹੀਂ ਕਰ ਸਕਦਾ ਰਿਲੇਸ਼ਨਸ਼ਿਪ। ਉਹਦੇ ਪੇਰੈਂਟਸ ਨੂੰ ਪਤਾ ਲੱਗਿਆ, ਉਹ ਮਿਲਣ ਜਾਂਦੀ ਸੀ, ਮੁੰਡੇ ਦੇ ਘਰ ਹੀ ਚਲੀ ਗਈ ਸੀ ਦਿਨ ਮਿਲਣ ਨੂੰ, ਉਹਦੇ ਪੇਰੈਂਟਸ ਘਰ ਦੇ ਸੀ, ਉੱਧਰ ਜਾ ਕੇ ਕੁੱਟ ਕੇ ਆਏ ਕੁੜੀ ਨੂੰ ਤੇ ਮੁੰਡੇ ਨੂੰ ਉਹਦੇ ਘਰ ਜਾ ਕੇ। ਮਤਲਬ ਇੰਨਾ, ਮਤਲਬ ਉਹ ਤਾਂ ਸਾਨੂੰ ਵੀ ਸ਼ੌਕ ਲੱਗਿਆ ਸੀ ਕਿ ਇਹ ਕੀ ਹੈ, ਮਤਲਬ what is this, like kyun kutya tusi bold keh rahe ho us cheez nu, oh rebellious vi hai kyunki jadon assi bahut zyada control karde ha then they go out of their limits, you know they go ki okay main kar lo jo karna hai, mainu hun kisi cheez di parwah nahi। ha us gal da mere dimag te vi haje tak effect hai, mainu hunne vi jadon tusi gal karde ho na relationship di, mainu oh kudi yaad aundi hai ki oh jad hostel ch wapas aayi si na ohdi puri body lal si te kyunki inna kutya si ohde parents ne ohnu। ਤੇ ਮੈਂ ਤਾਂ ਸੋਚ ਰਹੀ ਸੀ ਕਿ ਇਹ ਇੰਡੀਆ ਚ ਹੀ ਏਦਾਂ ਹੁੰਦਾ ਹੈ, ਮੈਂ ਤਾਂ ਇੱਥੇ ਆ ਕੇ ਹੈਰਾਨੀ ਹੋ ਰਹੀ ਹੈ ਕਿ ਇਸ ਕੰਟਰੀ ਚ ਵੀ ਤੁਸੀਂ ਇੰਨਾ ਕੰਟਰੋਲ ਕਰ ਰਹੇ ਹੋ, ਤੁਸੀਂ ਇੱਥੇ ਦੇ ਕਾਨੂੰਨ ਨਾ ਹੋਏ ਤੇ ਇੱਥੇ ਵੀ ਕੁੱਟਣ। ਜੀ ਜੀ ਜੀ, ਆਮ ਸੌਰੀ ਟੂ ਸੇ ਦੈਟ, ਨੋ ਦੈਟਸ ਟਰੂ, ਐਂਡ ਵੀ ਨੈਵਰ ਨੋ ਕਿ ਕਿਹੜੇ ਘਰਾਂ ਚ ਹਲੇ ਵੀ ਉਹ ਕੁੱਟ ਵਰਗਾ ਹੀ ਬੰਦ ਕਰਨਾ, ਯੂ ਨੋ ਟਾਈਮ ਆਊਟ ਰੱਖਣਾ ਕਿ ਬਿਲਕੁਲ ਤੁਸੀਂ ਜਾ ਹੀ ਨਹੀਂ ਸਕਦੇ ਇਕੱਲੇ, ਯੂ ਵਿਲ ਆਲਵੇਸ ਗੋ ਵਿਦ ਸਮਵਨ ਇਨ ਦਾ ਹਾਊਸ, ਸੋ ਉਹ ਸਭ ਕੁਝ ਹੋ ਰਿਹਾ। ਸਰਪ੍ਰਾਈਜ਼, ਇੱਥੇ ਕਾਨੂੰਨ ਸਟ੍ਰਿਕਟ ਨਾ ਹੋਏ ਤੇ ਇੱਥੇ ਵੀ ਉਹੀ ਕੁਝ ਹੋਏ, ਉਹੀ ਮਾਰ ਕੁਟਾਈਆਂ ਹੋਣ, ਉਹੀ ਸਭ ਕੁਝ ਹੋਏ। ਆਪਣੇ ਫੀਅਰ ਪਹਿਲੇ ਆਪਣੇ ਛੋਟੇ ਭੈਣਾਂ ਭਰਾਵਾਂ ਨਾਲ ਗੱਲ ਕਰੇ ਕਿ ਉਹਨਾਂ ਨੂੰ ਫੀਅਰ ਨਹੀਂ ਹੈ, ਮੈਨੂੰ ਕਿਉਂ ਫੀਅਰ ਹੈ, ਉਹ ਤੇ ਠੀਕ ਹੈ ਨਾ, ਨੋਰਮਲ ਸ਼ੀ ਸ਼ੁਡ ਟਾਕ ਟੂ ਹਰ ਸਿਬਲਿੰਗ ਤੇ ਆਪਣਾ ਫੀਅਰ ਓਵਰਕਮ ਉਸ ਤਰ੍ਹਾਂ ਵੀ ਹੋ ਸਕਦਾ ਹੈ। ਬਾਕੀ ਲਿਖ ਕੇ ਜੋ ਵੀ ਕਿਸੇ ਵੀ ਇਨਸਾਨ ਨੂੰ ਕੋਈ ਵੀ ਫੀਅਰ ਹੋਏ ਉਹਦੇ ਬਾਰੇ ਜ਼ਰੂਰ ਲਿਖਣਾ ਚਾਹੀਦਾ ਹੈ, ਇਹਦੇ ਨਾਲ ਕੀ ਹੋ ਜਾਏਗਾ, ਵਰਸਟ ਕੇਸ ਸਿਨੈਰੀਓ। ਠੀਕ ਹੈ, ਥੈਂਕ ਯੂ ਸੋ ਮਚ ਮਨੀ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਲੈਟ ਮੀ ਟੇਕ ਅਨਦਰ ਕਾਲ ਬਿਫੋਰ ਵੀ ਗੋ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਕੌਣ ਬੋਲ ਰਹੇ ਹੋ? ਮੈਂ ਸਤਨਾਮ ਬੋਲ ਰਿਹਾ। ਹਾਂਜੀ ਸਤਨਾਮ ਜੀ, ਸਵਾਗਤ ਹੈ, ਦੱਸੋ ਕੀ ਕਹੋਗੇ, ਟਾਈਮ ਥੋੜਾ ਘੱਟ ਰਹਿ ਗਿਆ। ਬੰਜੀ ਗੱਲ ਇਹ ਆ, ਹੁਣ ਇੰਨਾ ਲੰਮਾ ਟਾਈਮ ਉਹਨੀ ਗੱਲ ਕਰਕੇ ਛੱਡ ਦਿੱਤੀ ਵਿੱਚ ਮੇਨ। ਹਾਂਜੀ, ਤਾਂ ਇਹਦੇ 'ਚ ਜਿੱਦਾਂ ਫੀਲਿੰਗ ਜਿਹਾ ਕਿ ਹੁੰਦਾ ਕਿ ਬਹੁਤ ਲੰਮਾ ਟਾਈਮ ਹੋਆ, ਥੋੜ੍ਹਾ ਸ਼ੋਰਟ ਟਾਈਮ ਰਹੇ ਜਾਂ ਕੋਈ ਚੀਜ਼ ਹੋਵੇ ਤਾਂ, ਜਾਂ ਉਹਨਾਂ ਨੂੰ ਫੈਮਿਲੀ ਫੈਮਿਲੀ ਗੱਲ ਕਰਨ ਦਾ ਰੁਕ ਸਕਦਾ ਨਾ। ਠੀਕ ਹੈ, ਹੁਣ ਤੀਆ ਬੰਦਾ ਉਹਦੇ 'ਚ ਜਿਹੜਾ ਜਾ, ਜਾਂ ਉਹ ਕੋਈ ਸਿਆਣੇ ਬੰਦੇ ਨੂੰ ਲਜਾਵੇ, ਉਹਦੇ ਨਾਲ ਗੱਲ ਕਰੇ। ਕੈਲੀਫੋਰਨੀਆ ਤੋਂ ਬੋਲ ਰਹੀ ਹਾਂ। ਹਾਂਜੀ,
ਤੁਹਾਡਾ ਅੱਜ ਦਾ ਟੌਪਿਕ ਸੀ ਕਿ ਆਈ ਥਿੰਕ ਦੇ ਆਰ ਇੰਗੇਜਡ ਐਂਡ ਉਹ ਮਿਲਣਾ ਮੰਗਦੇ ਆ ਪਰ ਆਈ ਥਿੰਕ ਘਰ ਦੇ ਮਿਲਣਾ ਨਹੀਂ ਮਿਲ ਨਹੀਂ ਦਿੰਦੇ ਕਿ ਦੈਟਸ ਟਰੂ ਇਹਦਾ ਦਾ ਟੌਪਿਕ ਹੈ ਹਾਂਜੀ ਬਿਲਕੁਲ ਬਿਲਕੁਲ ਟਾਈਮ ਸਮਾਂ ਥੋੜਾ ਰਹਿ ਗਿਆ ਸਾਡਾ ਸੋ ਦੱਸੋ ਕੀ ਕਹਿੰਦੇ ਉਹਦੇ ਬਾਰੇ ਕਹਿਣਾ ਚਾਹੂੰਗੀ ਕਿ ਜ਼ਰੂਰ ਮਿਲਣਾ ਚਾਹੀਦਾ ਅਦਰਵਾਈਜ਼ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਇੱਕ ਦੂਜੇ ਨੂੰ ਜੋ ਐਕਸਪੈਕਟੇਸ਼ਨਸ ਆ ਤੁਹਾਡੀਆਂ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਬਿਨਾਂ ਮਿਲੇ ਤੋਂ ਕਿ ਕੀ ਕਹਿਣਾ ਇੱਕ ਦੂਸਰੇ ਬਾਰੇ ਕਿ ਕਿੱਦਾਂ ਦੇ ਹੈਗੇ ਤੁਸੀਂ ਆਪਸ ਦੇ ਵਿੱਚ ਜਦੋਂ ਇੱਕ ਵਾਰੀ ਤੁਹਾਡਾ ਵਿਆਹ ਹੋ ਜਾਂਦਾ ਆ ਤੇ ਬਹੁਤ ਮੁਸ਼ਕਿਲ ਆ ਫਿਰ ਉਹਦੇ ਵਿੱਚੋਂ ਨਿਕਲਣਾ ਸੋ ਬੈਟਰ ਆ ਕਿ ਪਹਿਲਾਂ ਪਤਾ ਹੋਵੇ ਇੱਕ ਦੂਜੇ ਬਾਰੇ ਬਹੁਤ ਵਧੀਆ ਥੈਂਕ ਯੂ ਸੋ ਮਚ ਫਾਰ ਮੇਕਿੰਗ ਦਿਸ ਕਾਲ ਬਿਕੋਜ਼ ਇਟਸ ਅ ਟੋਟਲੀ ਡਿਫਰੈਂਟ ਪਰਸਪੈਕਟਿਵ ਸੋਰੀ ਵੀ ਡੋਨਟ ਹੈਵ ਟੂ ਮਚ ਟਾਈਮ ਐਨੀ ਮੋਰ ਬਟ ਸਟਿਲ ਦਿਸ ਇਜ਼ ਦ ਪਰਸਪੈਕਟਿਵ ਆਫ ਨਿਊ ਜਨਰੇਸ਼ਨ ਕਿ ਅਸੀਂ ਮਿਲਣਾ ਕਿਉਂ ਚਾਹੁੰਦੇ ਹਾਂ ਪੇਰੈਂਟਸ ਤਾਂ ਸਾਨੂੰ ਸਮਝ ਆ ਗਈ ਕਿਉਂ ਨਹੀਂ ਮਿਲ ਯੂ ਗੈਟ ਟੂ ਨੋ ਈਚ ਅਦਰ ਨੋ ਈਚ ਅਦਰ ਦੇ ਦੀ ਥਿੰਕਿੰਗ ਟੋਟਲੀ ਡਿਫਰੈਂਟ ਹੁੰਦੀ ਤੇ ਕੁੜੀ ਦੀ ਟੋਟਲੀ ਡਿਫਰੈਂਟ ਹੁੰਦੀ ਆ ਦੇ ਆਰ ਨਾਟ ਮੈਂਟ ਟੂ ਬੀ ਟੂਗੇਦਰ ਤੁਸੀਂ ਮੂਵ ਔਨ ਕਰ ਸਕਦੇ ਸਾਨੂੰ ਪਤਾ ਲੱਗ ਜਾਂਦਾ ਇੱਕ ਦੂਜੇ ਬਾਰੇ ਪਰਫੈਕਟ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਦਿਸ ਬਿਕੋਜ਼ ਬੜੀ ਸਾਰੀ ਸਾਡੀ ਵੱਡੀ ਜਨਰੇਸ਼ਨ ਤੋਂ ਕਾਲਸ ਆਈਆਂ ਸੀ ਕਿ ਸਵਾਲ ਨਹੀਂ ਪੈਦਾ ਹੁੰਦਾ ਕਿ ਨਹੀਂ ਮਿਲਣਾ ਚਾਹੀਦਾ ਯੂ ਨੋ ਗਲਤ ਹੋ ਜਾਏਗਾ ਟਾਈਮ ਜ਼ਿਆਦਾ ਹੈ all that which is perfectly fine ਉਹਨਾਂ ਦੀ ਹਿਸਾਬ ਨਾਲ ਸਹੀ ਹੈ ਪਰ ਇਹ ਛੋਟੀ ਜਨਰੇਸ਼ਨ ਜਿਸ ਤਰ੍ਹਾਂ ਮਨੀ ਨੂੰ ਬਹੁਤ ਔਡ ਲੱਗ ਰਿਹਾ ਹੈ ਕਿ ਇੱਥੇ ਵੀ ਇੰਝ ਹੁੰਦਾ ਇੰਨਾ ਕੰਟਰੋਲ ਕਰ ਰਹੇ ਆ ਪੇਰੈਂਟਸ ਐਂਡ ਜਿਹੜੇ ਹੁਣ ਕੈਲੀਫੋਰਨੀਆ ਦਾ ਫੋਨ ਆਇਆ ਉਹ ਵੀ ਕਿ ਕਿਉਂ ਮਿਲਣਾ ਹੈ ਸਾਡਾ ਵੀ ਇੱਕ ਪਰਸਪੈਕਟਿਵ ਹੈ ਬੱਚੇ ਕਹਿ ਰਹੇ ਹੈ ਕਿ ਕਿਉਂ ਮਿਲਣਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਜੋ ਹੈਗਾ ਪਹਿਲੇ ਪਤਾ ਲੱਗ ਜਾਏ ਐਂਡ ਅਗਰ ਟੁੱਟ ਜਾਏਗੀ ਤਾਂ ਹੋਣ ਦਿਓ ਲੈਟ ਇਟ ਬੀ ਉਹ ਕਹਿੰਦੇ ਪਹਿਲੇ ਤੋੜਨਾ ਆਸਾਨ ਹੈ ਬ੍ਰੇਕਅਪ ਹੋਣ ਦਿਓ ਦੂਜੇ ਕਰਾ ਲਾਂਗੇ ਨਵੀਂ ਜਨਰੇਸ਼ਨ ਇਹ ਨਹੀਂ ਕਹਿ ਰਹੀ ਕਿ ਇੱਕ ਵਾਰੀ ਅਗਰ ਤੁਹਾਡਾ ਬ੍ਰੇਕਅਪ ਹੋਇਆ ਹੋਇਆ ਤਾਂ ਫਿਰ ਤੁਸੀਂ ਵਿਆਹ ਨਹੀਂ ਜੀ ਮੁਸ਼ਕਿਲ ਨਾਲ ਵਿਆਹ ਹੋਏਗਾ ਸੋ ਦਿਸ ਇਜ਼ ਦ ਡਿਫਰੈਂਸ ਦੋਨੋਂ ਸਹੀ ਆਪਣਾ ਪਰਸਪੈਕਟ ਸੋ ਉਹਦੇ ਵਾਸਤੇ ਆਈ ਥਿੰਕ ਕੱਲ੍ਹ ਆਉਂਦੀ ਹੈ ਫਸਟ ਕਾਲਰ 'ਤੇ ਬੈਠੋ ਬੈਠ ਕੇ ਆਪਣਾ ਕੰਸਰਨ ਦੱਸੋ ਔਰ ਤੁਸੀਂ ਉਹਨਾਂ ਦਾ ਕੰਸਰਨ ਸੁਣੋ ਅਗਰ ਫਾਦਰ ਕਹਿ ਰਿਹਾ ਮੇਰਾ ਕੰਸਰਨ ਕੀ ਹੈ ਤੁਸੀਂ ਸੁਣੋ ਅਤੇ ਆਪਣਾ ਕੰਸਰਨ ਵੀ ਜ਼ਰੂਰ ਵੋਇਸ ਕਰੋ ਉਹਨੂੰ ਤੁਸੀਂ ਨਹੀਂ ਕਹਿ ਸਕਦੇ ਛੋਟੀ ਭੈਣ ਦੇ ਥਰੂ ਕਹੋ ਮਾਂ ਦੇ ਥਰੂ ਕਹੋ ਪਰ ਟਰਾਈ ਇੱਕ ਅੱਜ ਨਹੀਂ ਕਹਿ ਸਕਦੇ ਹਫਤੇ ਬਾਅਦ ਫਿਰ ਟਰਾਈ ਕਰੋ ਦੋ ਹਫਤੇ ਬਾਅਦ ਫਿਰ ਟਰਾਈ ਕਰੋ ਕਹੋ ਕਿ ਮੈਂ ਇਸ ਪਿੱਛੇ ਕਿਉਂਕਿ ਆਈ ਸ਼ੁੱਡ ਨੋ ਹਿਮ ਅਗਰ ਉਹ ਹੁਣ ਗੁੱਸੇ ਹੋ ਰਿਹਾ ਤਾਂ ਮੈਂ ਨਹੀਂ ਚਾਹੁੰਦੀ ਕਿ ਉਹ ਇੰਝ ਦਾ ਹੀ ਬੰਦਾ ਹੋਏ ਮੈਨੂੰ ਉਹਨੂੰ ਜਾਣਨ ਦਿਉ ਕੀ ਪਤਾ ਮੈਨੂੰ ਪਸੰਦ ਹੀ ਨਾ ਆਏ ਜਦ ਮੈਂ ਥੋੜ੍ਹਾ ਹੋਰ ਜਾਣਾ ਤਾਂ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਇਸੇ ਤਰ੍ਹਾਂ ਕਾਲਸ ਕਰਦੇ ਰਿਹਾ ਕਰੋ ਅੱਜ ਵਾਸਤੇ ਇੰਨਾ ਹੀ ਸਤਿ ਸ਼੍ਰੀ ਅਕਾਲ